सारे ही विद्यार्थियों को प्यार भरी सत श्री अकाल। मैं लैके हाजिर हाँ गुरमुखी लिपि का निकास विकास ते विशेषतावां। शुरू तो लैके अखीर तक हर बिंदु ते करांगे चर्चा, 360 डिग्री एंगल ते पूर्ण तौर ते करांगे अध्ययन। तुसी इस वीडियो नू वद तो वद शेयर करना है ताकि होर लोग भी इहदा लाहा लै सकण पई। चैनल नू सबसक्राइब करो, वीडियो नू शेयर करो पई। आओ शुरू करिए गुरमुखी लिपि का निकास विकास बारे। सब तो पहला आपां लिपि बारे जानते हाँ, किवें लिपि होंद च आई, पड़ा दर पड़ा उसका वर्णन। लिपि दे जिहड़े शाब्दिक अर्थ हैं वह है लेपी हुई, भाई लेपी हुई। किसी भी बोली नू लिखती रूप में व्यक्त करने लई लिपि की जरूरत पैंदी है। ते बोली नू लिखती रूप देण लई वर्ते चिन्हां दा जो समूह है उसनू लिपि आखदे ने। किसी भी बोली नू लिखती रूप देण लई वरते गए सारे लिखण वाले चिन्हां दा समूह उसनू लिपि आखदे ने। लिपि का जिहड़ा विकास क्रम है वह इस तरीके नाल है। सब तो पहला जिहड़ी सूत्र लिपि सीगी ਉਹ ਹੋਂਦ ਵਿੱਚ ਆਈ। ਸ਼ੁਰੂਆਤੀ ਦੌਰ ਤੇ ਸੂਤ ਰੱਸੀ ਜਾਂ ਰੁੱਖਾਂ ਦੀਆਂ ਟਾਹਣੀਆਂ ਨੂੰ ਗੰਢਾਂ ਦਿੱਤੀਆਂ ਜਾਂਦੀਆਂ ਸੀ। ਤੁਸੀਂ ਵੇਖਦੇ ਹੋਵੋਗੇ ਹਜੇ ਵੀ ਵਿਆਹ ਦੇ ਮੌਕੇ ਤੇ ਗੰਢਾਂ ਦਿੱਤੀਆਂ ਜਾਂਦੀਆਂ ਨੇ। ਸੱਭਿਆਚਾਰਕ ਵਿਸ਼ਵਾਸ ਤੇ ਹੁਣ ਜਿਹੜਾ ਕਾਰਡ ਹੈ, ਕਈ ਕਾਰਡਾਂ ਉੱਤੇ ਤੇ ਖੰਭਣੀ ਬੰਨੀ ਜਾਂਦੀ ਹੈ ਬਈ। ਸ਼ੁਰੂਆਤੀ ਦੌਰ ਤੇ ਕੀ ਹੋਇਆ ਸੀ ਕਿ ਕਿਸੇ ਨੂੰ ਦੱਸਣ ਲਈ ਬਈ ਕਦੋਂ ਦੀ ਤਾਰੀਖ ਹੈ, ਕੀ ਸਿਸਟਮ ਹੈ, ਗੰਢਾਂ ਨੂੰ ਮਿਥਲਿਆ ਜਾਂਦਾ ਸੀ ਬਈ। ਗੰਢਾਂ ਦੇ ਕੇ ਉਹ ਗੰਢਾਂ ਨੂੰ ਪੜਿਆ ਜਾਂਦਾ ਸੀ, ਸਮਝਿਆ ਜਾਂਦਾ ਸੀਗਾ ਬਈ। ਫਿਰ ਧੀਰੇ ਧੀਰੇ ਅਗਲਾ ਦੌਰ ਚੱਲਿਆ ਬਈ, ਅਗਲੇ ਪੜਾਅ ਦੇ ਅੰਦਰ ਚਿੱਤਰ ਲਿਪੀ ਪਈ। ਸਭ ਤੋਂ ਵਧੇਰੇ ਚਿੱਤਰ ਹੈ ਜਿਹੜੇ ਉਹ ਸਪੇਲ ਦੀ ਐਰੋਜ਼ੀਨਾ ਅਮਰੀਕਾ ਦੇ ਵਿੱਚ ਹੈ ਬਈ, ਅਰੀਜ਼ੋਨਾ, ਉਹਦੀ ਚਿੱਤਰ ਲਿਪੀ ਹੈ। ਅੰਤਰਰਾਸ਼ਟਰੀ ਲਿਪੀ ਵੀ ਉਸਨੂੰ ਆਖਦੇ ਨੇ ਬਈ। ਹੋਰ ਪੁਰਾਣੇ ਜਿਹੜੇ ਹੋਰ ਅਗਰ ਆਪਾਂ ਵੇਖੀਏ 8000 ਈਸਵੀ ਪੂਰਵ ਬੈਬੋਲੀਨ ਮੂਰਤੀਆਂ ਜਿਹੜੀਆਂ, 7000 ਈਸਵੀ ਪੂਰਵ ਮਿਸ਼ਰ ਚਿੱਤਰਕਲਾ ਹੈ ਜਿਹੜੀ, ਹੋਰ 5000 ਈਸਵੀ ਪੂਰਵ ਮੋਹਨ ਜੋਦੜੋ ਦੀਆਂ ਜਿਹੜੀਆਂ ਲਿਪੀਆਂ ਨੇ ਜਿਹੜੀਆਂ ਹਜੇ ਤੱਕ ਪੜੀਆਂ ਨਹੀਂ ਜਾ ਸਕੀਆਂ ਨੇ ਬਈ। ਚਿੱਤਰ ਲਿਪੀ ਦੇ ਅੰਦਰ ਕੀ ਹੈ ਕਿ ਚਿੱਤਰ ਬਣੇ ਹੁੰਦੇ ਸੀ ਬਈ, ਜਿਵੇਂ ਕਿ ਨਾਮ ਤੋਂ ਹੀ ਜ਼ਾਹਿਰ ਹੈ। ਫਿਰ ਉਸ ਤੋਂ ਬਾਅਦ ਫਿਰ ਅਗਲਾ ਪੜਾ ਆਇਆ, ਪ੍ਰਤੀਕ ਤੇ ਚਿੰਨ੍ਹ ਵਰਤੇ ਜਾਣ ਲੱਗੇ ਬਈ। ਚਿੱਤਰਾਂ ਤੋਂ ਪ੍ਰਤੀਕ ਤੇ ਚਿੰਨ੍ਹ ਤੇ ਆ ਗਏ। ਪ੍ਰਤੀਕ ਜਾਂ ਚਿੰਨ੍ਹ ਕਹਿ ਲਓ, ਇਹ ਕੀ ਹੁੰਦਾ ਸੀਗਾ ਕਿ ਕਿਸੇ ਵੀ ਪਦਾਰਥ ਦਾ ਜਾਂ ਜੀਵ ਦਾ ਸੰਖੇਪ ਚਿੰਨ੍ਹ ਹੋਇਆ ਕਰਦਾ ਸੀ। ਜਿਵੇਂ ਤਿੱਬਤ ਚੀਨ ਸੀਮਾ ਤੇ ਮੁਰਗੇ ਦਾ ਕਲੇਜਾ ਤੇ ਮਾਸ ਦੇ 3 ਟੁਕੜੇ ਰੱਖ ਦੇਣੇ, ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਹੈ ਲੜਾਈ ਲਈ ਤਿਆਰ ਰਹੋ। ਹੁਣ ਇਹ ਪ੍ਰਤੀਕ ਵਰਤ ਲਏ, ਆਹ ਚਿੰਨ੍ਹ ਵਰਤ ਲਏ ਕਿ ਤੁਸੀਂ ਹੁਣ ਲੜਾਈ ਲਈ ਤਿਆਰ ਹੋ ਜਾਓ। ਜਦੋਂ ਮਾਸ ਦਾ ਟੁਕੜਾ, ਮੁਰਗੇ ਦਾ ਕਲੇਜਾ ਵੇਖਿਆ ਤੇ ਇਹ ਕੀ ਵਰਤੇ? ਪ੍ਰਤੀਕ। ਫਿਰ ਪ੍ਰਤੀਕ ਜਾਂ ਚਿੰਨ੍ਹ ਵਰਤਣੇ ਹੈ ਜੋ ਪ੍ਰਤੀਕ ਵਰਤਣੇ ਸ਼ੁਰੂਆਤ ਹੋਈ ਉਹਨਾਂ ਦੀ। ਫਿਰ ਉਸ ਤੋਂ ਬਾਅਦ ਅਗਲੇ ਪੜਾਅ ਦੇ ਅੰਦਰ ਭਾਵ ਲਿਪੀ ਸੀ ਪਈ। ਭਾਵ ਲਿਪੀ ਜਿਹੜੀ ਭਾਵ ਲਿਪੀ ਹੈ ਉਹ ਚਿੱਤਰ ਲਿਪੀ ਦਾ ਹੀ ਵਿਕਸਿਤ ਰੂਪ ਹੈ। ਸਥੂਲ ਚਿੱਤਰਾਂ ਨਾਲ ਦਰਸਾਏ ਜਾਣ ਯੋਗ ਜਿਹੜੇ ਭਾਵ ਸੀ ਉਹਨਾਂ ਨੂੰ ਜ਼ਾਹਰ ਕੀਤਾ ਜਾਂਦਾ ਸੀਗਾ, ਜਿਵੇਂ ਅੱਖ ਦਾ ਹੰਝੂ। ਉਸ ਤੋਂ ਪਤਾ ਲੱਗਿਆ ਵੀ ਦੁੱਖ ਦੀ ਗੱਲ ਹੈ। ਪੈਰ ਦਾ ਜੇ ਕਿਤੇ ਬਣਿਆ ਹੋਇਆ ਹੈ ਪੈਰ, ਤਾਂ ਉੱਥੋਂ ਪਤਾ ਲੱਗਦਾ ਸੀ ਵੀ ਤੁਰਨ ਦਾ ਜਾਂ ਯਾਤਰਾ ਬਾਰੇ, ਤੁਰਨ ਦਾ ਜਾਂ ਯਾਤਰਾ ਬਾਰੇ ਗੱਲ ਹੈ ਹੋ ਰਹੀ ਹੈ। ਗਾਂ ਹੋਰ ਭਾਵ ਸਮਝਣ ਦੀ ਕੋਸ਼ਿਸ਼ ਕੀਤੀ ਗਈ ਬਈ, ਭਾਵ ਲਿਪੀ ਆ ਗਈ। ਫਿਰ ਉਸ ਤੋਂ ਬਾਅਦ ਭਾਵ ਧੁਨੀ ਲਿਪੀ। ਭਾਵ ਧੁਨੀ ਲਿਪੀ ਕਿਹੜੀ ਹੈ? ਧੁਨੀ ਲਿਪੀ ਔਰ ਭਾਵ ਲਿਪੀ ਦੇ ਵਿਚਾਲੇ ਜਿਹੜੀ ਲਿਪੀ ਹੈ ਉਹ ਸੀ ਭਾਵ ਧੁਨੀ ਲਿਪੀ।
ਇਹ ਵਿਕਸਿਤ ਹੋਈ। ਇਹਦੇ ਵਿੱਚ ਧੁਨੀ ਪਲੱਸ ਭਾਵ ਦਾ ਮਿਸ਼ਰਣ ਸੀ ਜਿਹੜਾ ਉਹ ਚੱਲਦਾ ਸੀ। ਜਿਵੇਂ ਚੀਨੀ ਲਿਪੀ ਜਿਹੜੀ ਚਾਈਨਾ ਦੇ ਅੰਦਰ ਲਿਪੀ ਵਰਤੋਂ ਹੁੰਦੀ ਹੈ ਉਹਦੇ ਗੁਣ ਕੁਛ ਮਿਲਦੇ ਨੇ। ਭਾਵ ਲਿਪੀ ਦੀਆਂ ਤਸਵੀਰਾਂ ਤੇ ਇਸਦਾ ਕਲਪਿਤ ਰੂਪ, ਭਾਵ ਲਿਪੀ ਦੇ ਤਸਵੀਰਾਂ ਦੇ ਅਕਸ਼ਾਂ ਨੂੰ ਕਾਂਟ ਛੱਡ ਕੇ ਛੋਟਾ ਕਰਕੇ ਫਿਰ ਕੀ ਹੈ ਕਿ ਸ਼ਬਦ ਦੀ ਧੁਨੀ ਲਿਪੀ ਵਜੂਦ ਵਿੱਚ ਆਈ। ਤੇ ਆਹ ਸੀਗੀ ਭਾਵ ਧੁਨੀ ਲਿਪੀ। ਇਸ ਦੇ ਵਿੱਚ ਕੀ ਕੀਤਾ, ਧੁਨੀਆਂ ਨੂੰ ਔਰ ਭਾਵਾਂ ਨੂੰ ਦੋਨਾਂ ਦਾ ਮਿਸ਼ਰਣ ਹੈ ਜੋ ਯੂਜ ਕੀਤਾ ਜਾ ਰਿਹਾ ਹੈ, ਵੀ ਦੋਨਾਂ ਦੇ ਮਿਸ਼ਰਣ ਦੀ ਵਰਤੋਂ ਕੀਤੀ ਜਾ ਰਹੀ ਹੈ। ਹੋਰ ਫਿਰ ਇਹੀ ਜਦੋਂ ਭਾਵ ਹੈ ਹੋਰ ਛੋਟੇ ਕੀਤੇ ਗਏ ਫਿਰ ਹੋਂਦ ਚ ਆਈ ਧੁਨੀ ਲਿਪੀ ਪਈ। ਧੁਨੀ ਲਿਪੀ ਚ ਕੀ ਹੋਇਆ ਕਿ ਵੱਡੇ ਚਿੱਤਰ ਸੀ ਉਹ ਨਿੱਕੇ ਹੋ ਗਏ, ਬਈ ਹੋਰ ਨਿੱਕੇ ਹੋ ਗਏ। ਅੱਖਰਾਂ ਦੀ ਬਣਤਰ ਹੋਂਦ ਵਿੱਚ ਆ ਗਈ। ਹੁਣ ਅੱਖਰਾਂ ਭਾਵਾਂ ਦੀ ਜਗ੍ਹਾ ਧੁਨੀਆਂ ਨੂੰ ਉਜਾਗਰ ਕਰਨ ਲੱਗੇ। ਹੁਣ ਅੱਖਰ ਸੀ ਨਾ ਭਾਵ ਨੂੰ ਉਜਾਗਰ ਨਹੀਂ ਕਰ ਰਹੇ, ਹੁਣ ਧੁਨੀ ਨੂੰ ਉਜਾਗਰ ਕਰ ਰਹੇ ਨੇ। ਚਿੱਤਰ ਸੰਕੇਤ ਸੀ ਜਿਹੜੇ ਪਹਿਲਾਂ ਆਕਾਰ ਚ ਵੱਡੇ ਸੀ ਉਹ ਕੱਟ ਕੱਟ ਕੇ ਛੱਡ ਛੱਡ ਕੇ ਛੋਟੇ ਹੋ ਗਏ, ਹੁਣ ਹੋਂਦ ਵਿੱਚ ਆ ਗਿਆ ਐ ਊੜਾ ਹੋਰ ਐ ਅਨਾਰ। ਇਹ ਚੀਜ਼ ਹੈ ਜਿਹੜੀ ਹੋਂਦ ਦੇ ਵਿੱਚ ਆ ਗਈ ਬਈ, ਜਿਹਨੂੰ ਅਲਫਾਬੀਟਾ ਦੇ ਨਾਂ ਤੋਂ ਵੀ ਜਾਣਦੇ ਨੇ ਕਿ ਧੁਨੀ ਲਿਪੀ ਚ ਕੀ ਹੋਈ, ਅੱਖਰ ਤੇ ਵਰਨ ਹੋਂਦ ਵਿੱਚ ਆਏ। ਅੱਖਰ ਕੀ ਨੇ, ਵਰਨ ਕੀ ਨੇ, ਇਸ ਦੇ ਬਾਰੇ ਤੁਹਾਨੂੰ ਜਦੋਂ ਲਿਪਾਂਕਾਂ ਬਾਰੇ ਦੱਸਿਆ ਸੀਗਾ ਤੁਸੀਂ ਉੱਥੇ ਜਾ ਕੇ ਉਹ ਲਿਪਾਂਕ ਵਾਲਾ ਜਿਹੜਾ ਲੈਸਨ ਹੈ ਉਹ ਵੇਖ ਸਕਦੇ ਹੋ, ਉਸਦੇ ਅੰਦਰ ਵਿਸਥਾਰ ਸਾਰਾ ਕੁਛ ਸਮਝਾਇਆ ਹੋਇਆ ਹੈ ਭਾਈ। ਤੇ ਇਹ ਜਿਹੜਾ ਸਰੂਪ ਸੀ ਇਸ ਤਰ੍ਹਾਂ ਪੜਾ ਦਰ ਪੜਾ ਵੱਧਦੇ ਹੋਏ ਆਈਏ ਭਾਈ, ਦੇਖੋ ਕਿਵੇਂ ਵਿਕਾਸ ਹੋਇਆ। ਪਹਿਲਾਂ ਸੂਤਰ ਗੰਢਾਂ ਵਾਲਾ ਸਿਸਟਮ ਚਾਲੂ ਕੀਤਾ, ਫਿਰ ਚਿੱਤਰ ਬਈ ਚਿੱਤਰਾਂ ਨਾਲ ਸਮਝਾਇਆ, ਫਿਰ ਪ੍ਰਤੀਕ ਵਰਤੇ ਗਏ, ਚਿੰਨ੍ਹ ਵਰਤੇ ਗਏ, ਪ੍ਰਤੀਕ ਵਰਤੇ ਗਏ, ਫਿਰ ਪ੍ਰਤੀਕ ਤੋਂ ਬਾਅਦ ਭਾਵ, ਠੀਕ ਹੈ, ਫਿਰ ਭਾਵ ਔਰ ਧੁਨੀ ਦਾ ਸਮੇਲ ਥੋੜਾ ਛੋਟਾ ਕੀਤਾ ਗਿਆ। ਹੁਣ ਕੀ ਹੋਇਆ ਕਿ ਉਹ ਹੀ ਅੱਖਰ ਜਿਹੜੇ ਵੱਡੇ ਵੱਡੇ ਚਿੱਤਰ ਸੀ ਜਿਹੜੇ ਭਾਵ ਨੂੰ ਸਪਸ਼ਟ ਕਰ ਰਹੇ ਸੀ, ਹੁਣ ਕੀ ਹੋਇਆ ਉਹਨਾਂ ਦਾ ਆਕਾਰ ਬਿਲਕੁਲ ਛੋਟਾ ਹੋ ਗਿਆ ਔਰ ਧੁਨੀ ਵੱਲ ਸੰਕੇਤ ਕਰ ਰਹੇ ਨੇ, ਠੀਕ ਹੈ, ਬਿਲਕੁਲ ਛੋਟਾ ਆਕਾਰ ਇਸ ਸ਼ੇਪ ਦੇ ਵਿੱਚ ਆ ਗਏ ਭਾਈ, ਇਸ ਸ਼ੇਪ ਦੇ ਅੰਦਰ ਆ ਗਏ। ਇਸ ਤਰੀਕੇ ਦੇ ਨਾਲ ਪੜਾ ਦਰ ਪੜਾ ਵੱਧਦੀ ਹੋਈ ਜਿਹੜੀ ਲਿਪੀ ਹੈ ਆਪਣੇ ਸਾਹਮਣੇ ਆ ਜਿਹੜੀ ਹੈ ਹੋਂਦ ਦੇ ਵਿੱਚ ਗੁਰਮੁਖੀ ਲਿਪੀ ਇਸ ਤਰ੍ਹਾਂ ਆਈ। ਹੁਣ ਗੱਲਾਂ ਕੀਤੀਆਂ ਜਾਂਦੀਆਂ ਕਿ ਜਿਹੜੀ ਗੁਰਮੁਖੀ ਲਿਪੀ ਹੈ ਉਸਦਾ ਜਿਹੜਾ ਨਿਕਾਸ ਹੈ ਉਹ ਬ੍ਰਹਮੀ ਲਿਪੀ ਤੋਂ ਹੋਇਆ ਹੈ ਭਾਈ। ਉਹ ਕਿੱਦਾਂ ਹੋਇਆ ਪਹਿਲਾਂ ਉਸਨੂੰ ਸਮਝੀਏ ਭਾਈ। ਬ੍ਰਹਮੀ ਲਿਪੀ 5ਵੀਂ ਸਦੀ ਈਸਵੀ ਪੂਰਵ ਦੇ ਵਿੱਚ ਹੋਂਦ ਚ ਆ ਚੁੱਕੀ ਸੀ ਭਾਈ। ਬ੍ਰਹਮੀ ਲਿਪੀ ਦੇ ਅੱਗੋਂ ਦੋ ਭਾਗ ਕੀਤੇ, ਉੱਤਰੀ ਲਿਪੀ ਤੇ ਦੱਖਣੀ ਲਿਪੀ ਪਈ, ਉੱਤਰੀ ਲਿਪੀ ਤੇ ਦੱਖਣੀ ਲਿਪੀ। ਦੱਖਣੀ ਲਿਪੀ ਚ ਤਾਂ ਕੀ ਹੈਗੇ, ਤਮਿਲ ਤੇ ਤੇਲਗੂ ਭਾਸ਼ਾਵਾਂ ਨੇ ਜਿਹੜੇ ਦੱਖਣ ਭਾਰਤ ਦੇ ਅੰਦਰ ਲਿਪੀਆਂ ਵਰਤੋਂ ਦੇ ਵਿੱਚ ਆਉਂਦੀਆਂ, ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ। ਪਰ ਆਪਾਂ ਗੱਲ ਕਰਾਂਗੇ ਇੱਧਰਲੇ ਪਾਸੇ, ਕਿਉਂਕਿ ਆਪਾਂ ਪਹੁੰਚਣਾ ਗੁਰਮੁਖੀ ਲਿਪੀ ਤੱਕ। ਬ੍ਰਹਮੀ ਲਿਪੀ ਤੋਂ ਫਿਰ ਉੱਤਰੀ ਲਿਪੀ ਭਾਈ ਉੱਤਰ ਭਾਰਤ ਚ ਬੋਲਦੇ ਸੀਗੇ, ਦੱਖਣੀ ਲਿਪੀ ਦੱਖਣ ਭਾਰਤ ਚ ਵਰਤੋਂ ਵਿਹਾਰ ਦੇ ਵਿੱਚ ਆਉਂਦੀ ਸੀ, ਤਾਂ ਕਰਕੇ। ਹੁਣ ਉੱਤਰੀ ਲਿਪੀ ਤੋਂ ਅੱਗੇ ਕੀ ਹੋਈ, ਗੁਪਤ ਲਿਪੀ ਹੋ ਗਈ ਵੀ 4ਵੀਂ 5ਵੀਂ ਸਦੀ ਦੇ ਅੰਦਰ। ਫਿਰ ਅੱਗੇ ਚੱਲੇ ਕੁਟਿਲ ਲਿਪੀ 6ਵੀਂ ਤੋਂ 9ਵੀਂ ਸਦੀ ਦੇ ਅੰਦਰ। ਫਿਰ ਕੁਟਿਲ ਲਿਪੀ ਹੈ ਉਹ ਪੂਰਬੀ ਤੇ ਪੱਛਮੀ, ਉੱਤਰ ਭਾਰਤ ਨੂੰ ਹੀ ਹੁਣ ਕੀ ਹੈ ਪੂਰਬੀ ਤੇ ਪੱਛਮੀ ਦੋ ਭਾਗਾਂ ਚ ਵੰਡਿਆ ਗਿਆ। ਹੁਣ ਪੂਰਬੀ ਦੇ ਅੰਦਰ ਕੀ ਆ ਗਈ, ਨਾਗਰ ਆ ਗਈ ਬਈ। ਨਾਗਰੀ ਤੋਂ ਕੀ ਹੈ, ਦੇਵਨਾਗਰੀ ਤੇ ਬੰਗਲਾ, ਦੇਵਨਾਗਰੀ ਤੇ ਬੰਗਲਾ। ਫਿਰ ਕਿਉਂਕਿ ਇਹਨਾਂ ਨੇ ਕੀ ਕੀਤਾ ਹੈ, ਕੁਟਿਲ ਲਿਪੀ ਨੂੰ ਪੂਰਬੀ ਤੇ ਪੱਛਮੀ, ਯਾਨੀ ਉੱਤਰ ਭਾਰਤ ਨੂੰ ਪੂਰਬੀ ਤੇ ਪੱਛਮੀ ਦੋ ਹਿੱਸਿਆਂ ਚ ਵੰਡਿਆ। ਪੂਰਬੀ ਹਿੱਸੇ ਦੇ ਅੰਦਰ ਕੀ ਆ ਗਈ, ਦੇਵਨਾਗਰੀ ਤੇ ਬੰਗਲਾ ਆ ਗਈ, ਜਿਹੜੀ ਕਿ ਨਾਗਰਾ ਦੇ ਪਹਿਲਾਂ ਨਾਗਰਾ ਔਰ ਨਾਗਰਾ ਤੋਂ ਬਾਅਦ ਫਿਰ ਅਗਲੇ ਪੜਾਅ ਤੇ ਦੇਵਨਾਗਰੀ ਤੇ ਬੰਗਲਾ। ਇਸੇ ਤਰੀਕੇ ਨਾਲ ਜਿਹੜੀ ਪੱਛਮੀ ਹਿੱਸਾ ਸੀ, ਪੰਜਾਬ ਦੀ ਗੱਲ ਕਰ ਲਈਏ, ਕਸ਼ਮੀਰ ਦੀ ਗੱਲ ਕਰ ਲਈਏ ਭਾਈ, ਇਹਨਾਂ ਦੇ ਵਿੱਚ ਜਿਹੜਾ ਇਧਰਲਾ ਹਿੱਸਾ ਹੈ ਜਿਹੜਾ ਪਾਕਿਸਤਾਨ ਨਾਲ ਟੱਚ ਕਰਦਾ ਹੈ, ਉਹਦੇ ਬਾਰੇ ਗੱਲ ਕੀਤੀ ਜਾਵੇ। ਉੱਥੇ ਜਿਹੜੀਆਂ ਲਿਪੀਆਂ ਸੀ ਪੱਛਮੀ ਹਿੱਸੇ ਦੇ ਅੰਦਰ ਜਿਹੜੀਆਂ ਲਿਪੀਆਂ ਸੀ ਉਹ ਸੀ ਸਾਰਦਾ ਤੇ ਸਿੱਧ ਮਾਤ੍ਰਿਕਾ। ਫਿਰ ਸਾਰਦਾ ਤੇ ਸਿੱਧ ਮਾਤ੍ਰਿਕਾ ਤੋਂ ਬਾਅਦ ਅੱਗੇ ਆਪਾਂ ਗੱਲ ਕਰੀਏ, ਫਿਰ ਆਹ ਲਿਪੀਆਂ ਹੋਣ ਚਾਹੀਆਂ ਵੀ ਟੱਕੀ, ਟਾਕਰੀ, ਭੱਟ ਅਛਰੀ, ਲੰਡੇ, ਟਾਕਰੇ, ਇਹ ਕੀ ਹੈ 13ਵੀਂ 14ਵੀਂ ਸਦੀ ਦੇ ਵਿੱਚ ਹੋਂਦ ਵਿੱਚ ਆ ਗਈਆਂ ਸਨ ਭਾਈ। ਇਸ ਤਰੀਕੇ ਨਾਲ ਗੁਰਮੁਖੀ ਲਿਪੀ ਹੋਂਦ ਚ ਆਈ ਬਈ, ਬ੍ਰਹਮੀ ਲਿਪੀ, ਬ੍ਰਹਮੀ ਤੋਂ ਉੱਤਰੀ ਲਿਪੀ, ਉੱਤਰੀ ਤੋਂ ਗੁਪਤ, ਗੁਪਤ ਤੋਂ ਕੁਟਿਲ ਲਿਪੀ, ਕੁਟਿਲ ਤੋਂ ਫਿਰ ਪੂਰਬੀ,
ਤੇ ਪੱਛਮੀ, ਫਿਰ ਪੱਛਮੀ ਤੋਂ ਸਾਰਦਾ ਸਿੱਧ ਮਾਤ੍ਰਿਕਾ, ਫਿਰ ਅੱਗੇ ਗਏ ਟਕੀ ਟਾਕਰੀ ਪੱਟ ਅਛਰੀ ਲੰਡੇ ਟਾਕਰੇ। ਤੇ ਜਿਹੜੀ ਗੁਰਮੁਖੀ ਲਿਪੀ ਹੈ ਟਕੀ ਟਾਕਰੀ ਪੱਟ ਅਛਰੀ ਔਰ ਜਿਹੜੀ ਆ ਸਿੱਧ ਮਾਤ੍ਰਿਕਾ ਹੈ, ਇਹਨਾਂ ਸਾਰਿਆਂ ਨੂੰ ਮਿਲਾ ਕੇ ਹੋਂਦ ਦੇ ਵਿੱਚ ਆਈ। ਅੱਗੇ ਜਾ ਕੇ ਫਿਰ ਆਪਾਂ ਸਾਰੀ ਗੱਲ ਕਰਾਂਗੇ ਵੀ ਕਿਹੜੇ ਅੱਖਰ ਕਿਹਦੇ ਤੋਂ ਕਿਸ ਤੋਂ ਹੋਂਦ ਵਿੱਚ ਆਏ ਹੈ, ਕਿਹਨਾਂ ਤੋਂ ਹੋਂਦ ਵਿੱਚ ਆਏ ਹੈ, ਇਸ ਬਾਰੇ ਗੱਲ ਕਰਾਂਗੇ। 13ਵੀਂ 14ਵੀਂ ਸਦੀ ਦੀ ਪੁਸਤਕ ਹੈ ਏਕਾਦਸ਼ੀ ਮਹਾਤਮ ਦੇ ਲਿਪੀ ਹੈ ਜਿਹੜੇ, ਉਹਨਾਂ ਦੇ ਅੱਖਰ ਹੈ ਗੁਰਮੁਖੀ ਦੇ ਜਾਪਦੇ ਨੇ ਪਏ। ਹੁਣ ਆਪਾਂ ਗੱਲ ਕਰਦੇ ਹਾਂ ਗੁਰਮੁਖੀ ਲਿਪੀ ਦੇ ਵਿਕਾਸ ਜਾਂ ਨਿਕਾਸ ਜਨਮ ਸੰਬੰਧੀ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ ਭਾਈ, ਅਲੱਗ ਅਲੱਗ ਵਿਦਵਾਨਾਂ ਨੇ ਵੱਖ ਵੱਖ ਰਾਏ ਦਿੱਤੀ ਹੈ ਬਈ, ਉਹਨਾਂ ਦੇ ਸਾਰਿਆਂ ਦੇ ਜਿਹੜੇ ਮਤ ਨੇ ਉਹਨਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਹੈ ਬਈ। ਜਨਮ ਸੰਬੰਧੀ ਜਿਹੜਾ ਮਤ ਹੈ ਉਹਦੇ ਵਿੱਚ ਅਗਰ ਆਪਾਂ ਗੱਲ ਕਰੀਏ, ਪ੍ਰੋਫੈਸਰ ਪ੍ਰੀਤਮ ਸਿੰਘ ਨੇ 3 ਮਤ ਦਿੱਤੇ ਹੈ ਬਈ। ਪ੍ਰੋਫੈਸਰ ਪ੍ਰੀਤਮ ਸਿੰਘ ਦੇ ਮਤ ਹੈ ਉਹਨਾਂ ਬਾਰੇ ਆਪਾਂ ਚਰਚਾ ਕਰ ਲਈਏ। ਪ੍ਰੀਤਮ ਸਿੰਘ ਜੀ ਨੇ ਕੀ ਕੀਤਾ ਹੈ ਕਿ ਪਹਿਲਾ ਮਤ ਹੈ ਜਿਹੜਾ ਉਹ ਦੱਸਿਆ ਹੈ ਕਿ ਬਾਬਾ ਮੋਹਨ ਸਿੰਘ ਦੀ ਪੋਥੀ ਹੈ ਜਿਹੜੀ, ਸੋਹਨ ਸਿੰਘ ਦੀ ਪੋਥੀ ਗੁਰੂ ਅੰਗਦ ਦੇਵ ਜੀ ਨੇ ਬਣਾਏ ਹੈ ਬਈ, ਬਾਬਾ ਸੋਹਨ ਸਿੰਘ ਦੀ ਪੋਥੀ ਅਨੁਸਾਰ। ਪਹਿਲਾ ਮਤ ਬਾਬਾ ਸੋਹਨ ਸਿੰਘ ਦੀ ਪੋਥੀ ਦੇ ਅਨੁਸਾਰ ਦੱਸ ਰਹੇ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਬਣਾਏ। ਹੋਰ ਜਿਹੜਾ ਦੂਜਾ ਮਤ ਹੈ ਉਹ ਹੈ ਕੰਕਣ ਕਵੀ ਦੀ ਅਣਛਿਪੀ ਰਚਨਾ ਸੁਖੈਨ ਕੇ ਦਸ ਗੁਰੂ। ਅਣਛਿਪੀ ਰਚਨਾ ਬਈ ਸੁਖੈਨ ਕੇ ਦਸ ਗੁਰੂ, ਇਹਦੇ ਵਿੱਚ ਦੱਸਿਆ ਗਿਆ ਹੈ ਕਿ ਗੁਰਮੁਖੀ ਲਿਪੀ ਹੈ ਜਿਹੜੀ ਉਹ ਅੱਖਰ ਗੁਰੂ ਨਾਨਕ ਦੇਵ ਜੀ ਨੇ ਬਣਾਏ ਹੈ, ਗੁਰੂ ਨਾਨਕ ਦੇਵ ਜੀ ਬਣਾਏ। ਹੁਣ ਤੀਜੀ ਜਿਹੜਾ ਮਤ ਹੈ ਉਹਦੇ ਵਿੱਚ ਕੇਸਰ ਸਿੰਘ ਛਿੰਬਰ ਹੈ, ਉਹ ਕਹਿ ਰਿਹਾ ਬੰਸਾਂ ਵਾਲੀਆਂ ਦਸਾਂ ਪਾਸਾਈਆਂ ਦੀ, ਉਹਦੇ ਵਿੱਚ ਕੀ ਹੈ ਕਿ ਬਾਬਾ ਸ਼੍ਰੀ ਚੰਦ ਨੇ ਬਈ, ਬਾਬਾ ਸ਼੍ਰੀ ਚੰਦ ਨੇ ਬਣਾਏ ਹੈ। ਕੇਸਰ ਸਿੰਘ ਛਿੰਬਰ ਰਚਿਤ ਬੰਸਾਂ ਵਾਲੀਆਂ ਦਸਾਂ ਪਾਸਾਈਆਂ ਕੀ, ਇਹਦੇ ਵਿੱਚ ਦੱਸਿਆ ਸ਼੍ਰੀ ਚੰਦ ਦੇ ਅਨੁਸਾਰ। ਇਹ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਦੱਸਿਆ ਬਈ 3 ਜਿਹੜੇ ਵੱਖਰੇ ਵੱਖਰੇ ਮਤ ਹੈ ਵਿਦਵਾਨਾਂ ਦੇ ਅਨੁਸਾਰ ਉਹਨਾਂ ਬਾਰੇ ਦੱਸਿਆ ਗਿਆ। ਪ੍ਰੋਫੈਸਰ ਮੋਹਨ ਸਿੰਘ ਦੀ ਪੋਥੀ ਸੀ ਜਿਹੜੀ, ਉਹਦੇ ਵਿੱਚ ਦੱਸਿਆ ਗਿਆ ਸੀ ਗੁਰੂ ਅੰਗਦ ਦੇਵ ਜੀ ਨੇ ਬਣਾਏ ਹੈ, ਔਰ ਕੰਕਣ ਕਵੀ ਦੀ ਅਣਛਿਪੀ ਰਚਨਾ ਹੈ ਸੁਖੈਨ ਕੇ ਦਸ ਗੁਰੂ, ਉਹ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਬਣਾਏ ਹੈ। ਤੀਜਾ ਮਤ ਕੇਸਰ ਸਿੰਘ ਛਿੰਬਰ ਰਚਿਤ ਬੰਸਾਵਲੀ ਨਾਮਾ ਦਸਾਂ ਪਾਸਾਈਆਂ ਹੈ, ਉਹ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਨੇ ਬਣਾਏ ਹੈ। ਤਾਂ ਤੁਸੀਂ ਇਹ ਤਿੰਨੋਂ ਧਿਆਨ ਰੱਖਣੇ ਹੈ ਭਾਈ, ਬਾਬਾ ਇਸ ਦੇ ਅਨੁਸਾਰ, ਇਹ ਕੰਕਣ ਕਵੀ ਦੇ ਅਨੁਸਾਰ, ਇਹ ਸ੍ਰੀ ਚੰਦ ਦੇ ਅਨੁਸਾਰ, ਇਹ ਤਿੰਨੋਂ ਮਤ ਹੈ ਜਿਹੜੇ ਇਕੱਠੇ ਕੀਤੇ ਪ੍ਰੋਫੈਸਰ ਪ੍ਰੀਤਮ ਸਿੰਘ ਉਹਨਾਂ ਨੇ ਦੱਸਿਆ। ਹੁਣ ਗੱਲ ਕਰੀਏ ਗੁਰਮੁਖੀ ਲਿਪੀ 'ਚ ਯੋਗਦਾਨ, ਕਿਉਂਕਿ ਕਈ ਖੋਜੀ ਹੈ ਜੋ ਗੁਰਮੁਖੀ ਲਿਪੀ ਦੇ ਖੋਜੀ ਰਹੇ ਹੈ, ਜਿਵੇਂ ਜੀਵੀ ਸਿੰਘ, ਪਿਆਰਾ ਸਿੰਘ ਪਦਮ, ਪ੍ਰੇਮ ਪ੍ਰਕਾਸ਼, ਪ੍ਰੀਤਮ ਸਿੰਘ, ਹਰਕੀਰਤ ਸਿੰਘ, ਦੁਨੀ ਚੰਦਰ, ਹਰਜੀਤ ਸਿੰਘ ਗਿੱਲ, ਡਾਕਟਰ ਮਨਮੋਹਨ ਸਿੰਘ ਆਦਿ ਸਾਰਿਆਂ ਦਾ ਆਧਾਰ ਹੈ ਜਿਹੜਾ ਉਹ ਜੀਬੀ ਸਿੰਘ ਦੀ ਖੋਜ ਹੈ ਪਈ। ਔਰ ਜੀਬੀ ਸਿੰਘ ਦੀ ਜਿਹੜੀ ਕਿਤਾਬ ਹੈ ਬੜੀ ਹੀ ਪੋਪੂਲਰ ਕਿਤਾਬ ਹੈ ਬਈ, ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ। ਇਸ 'ਚ ਪਲੇਟਾਂ ਰਾਹੀਂ ਵੱਖ ਵੱਖ ਥਾਵਾਂ ਤੇ ਹੋ ਗਏ ਔਰ ਉੱਥੋਂ ਪਲੇਟਾਂ ਇਕੱਠੀਆਂ ਕੀਤੀਆਂ, ਕਹਿਣ ਦਾ ਭਾਵ ਜਿਹੜੇ ਵੀ ਉਹਨਾਂ ਨੂੰ ਚਿੱਤਰ ਮਿਲੇ ਜਾਂ ਸ਼ਿਲਾਲੇਖਾਂ ਤੋਂ ਕੁਛ ਗ੍ਰਹਿਣ ਕੀਤਾ ਔਰ ਕੋਈ ਪੱਤਰਾਂ ਦੇ ਵਿੱਚ ਲਿਖਿਆ ਹੋਇਆ ਸੀ, ਉੱਥੋਂ ਜੋ ਵੀ ਮਤਲਬ ਪੂਰੇ ਉਹ ਦੇਸ਼ 'ਚ ਫਿਰੇ ਔਰ ਉੱਥੋਂ ਜੋ ਉਹਨਾਂ ਨੇ ਖੋਜ ਕੱਢੀ ਕਿੱਥੇ ਕਿੱਥੇ ਕੀ ਕਿਹੜੀ ਕਿਹੜੀ ਚੀਜ਼ ਮਿਲੀ, ਉਹਨਾਂ ਨੂੰ ਕੀ ਕਹਿੰਦੇ ਆ ਕਿ ਉਹਨਾਂ ਨੇ ਪਲੇਟਾਂ ਬਣਾਈਆਂ ਔਰ ਉਹ ਪਲੇਟਾਂ ਲੱਗੀਆਂ ਹੋਈਆਂ ਉਹਨਾਂ ਦੀ ਜਿਹੜੀ ਕਿਤਾਬ ਹੈ ਉਹਦੇ ਪਿਛਲੇ ਪਾਸੇ ਪਈ। ਉਸ ਦੇ ਨਾਲ ਬੜੀ ਹੀ ਪਤਲੀ ਜਿਹੀ ਕਿਤਾਬ ਹੈ ਔਰ ਬਹੁਤ ਮਿਆਰੀ ਕਿਤਾਬ ਹੈ, ਬਹੁਤ ਲੋਕ ਹੈ ਇਸ ਨੂੰ ਬੇਸ ਬਣਾਉਂਦੇ ਹੈ। ਤਾਂ ਇਹਨਾਂ ਵਿਦਵਾਨਾਂ ਨੇ ਜੀਬੀ ਸਿੰਘ ਦੀ ਜਿਹੜੀ ਬੁੱਕ ਹੈ, ਜੀਬੀ ਸਿੰਘ ਦੀ ਜਿਹੜੀ ਖੋਜ ਹੈ, ਉਸੇ ਨੂੰ ਆਧਾਰ ਬਣਾਇਆ ਹੈ। ਭਾਸ਼ਾ ਵਿਗਿਆਨਿਕ ਨਜ਼ਰੀਆ ਬਦਲਿਆ ਵਰਤਿਆ ਬਈ ਕਈ ਵਿਦਵਾਨਾਂ ਨੇ, ਉਹਨਾਂ ਵਿੱਚੋਂ ਹੈ ਹਰਜੀਤ ਸਿੰਘ ਗਿੱਲ ਤੇ ਮਨਮੋਹਨ ਸਿੰਘ। ਇਹਨਾਂ ਨੇ ਜਦੋਂ ਗੁਰਮੁਖੀ ਲਿਪੀ ਦੀ ਖੋਜ ਕੀਤੀ ਤਾਂ ਭਾਸ਼ਾ ਵਿਗਿਆਨਿਕ ਨਜ਼ਰੀਆ ਵਰਤਿਆ। ਡਾਕਟਰ ਤਰਲੋਚਨ ਸਿੰਘ ਬੇਦੀ ਦਾ ਵੱਖਰਾ ਤੇ ਨਵਾਂ ਯਤਨ ਕੀਤਾ ਉਸਨੇ, ਉਹਦੀ ਪੁਸਤਕ ਹੈ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਭਾਰਤੀ ਪੁਰਾਲੇਖਾਂ ਦੇ ਸੰਦਰਭ ਦੇ ਵਿੱਚ।
ਭਾਰਤੀ ਪੁਰਾ ਲੇਖਾਂ ਦੇ ਸੰਦਰਭ ਵਿੱਚ ਹੈ। ਤਰਲੋਚਨ ਸਿੰਘ ਬੇਦੀ ਸਾਹਿਬ ਨੇ ਵੀ ਯਤਨ ਕੀਤਾ ਇਸ ਬਾਰੇ। ਹੁਣ ਆਪਾਂ ਜਿਹੜੀ ਲਿਪੀ ਦੀ ਯਾਤਰਾ ਅਗਰ ਵੇਖੀਏ ਉਹ ਕਿਸ ਤਰੀਕੇ ਨਾਲ ਚੱਲ ਰਹੀ ਹੈ, ਬ੍ਰਹਮੀ ਬਈ ਕੀ ਹੈ ਲਿਪੀ ਦੀ ਯਾਤਰਾ? ਆਲੂ ਜੀ ਤੇ ਇਸ ਵਿੱਚ ਕੀ ਹੋ ਗਿਆ ਜੀ, ਬ੍ਰਹਮੀ ਹੋ ਗਈ, ਅਸ਼ੋਕਾਲੀ, ਫਿਰ ਬ੍ਰਹਮੀ ਔਰ ਫਿਰ ਕੁਸ਼ਾਣ ਕਾਲੀ, ਗੁਪਤ ਕਾਲੀ। ਬਈ ਕੁਸ਼ਾਣਾ ਦਾ ਰਾਜ ਸੀਗਾ, ਫਿਰ ਗੁਪਤਾਂ ਦਾ ਰਾਜ ਸੀਗਾ, ਤਾਂ ਫਿਰ ਗੁਪਤ ਕਾਲੀ ਹੋ ਗਿਆ, ਫਿਰ ਸ਼ਾਰਦਾ। ਇਸ ਤੋਂ ਬਾਅਦ ਇੱਥੇ ਲੈ ਆਉਂਦੇ ਹਾਂ ਬਈ ਸ਼ਾਰਦਾ, ਫਿਰ ਦੇਵਾਸ਼ਿਸ਼। ਇਸਨੂੰ ਜਿਹੜਾ ਦੇਵਾਸ਼ਿਸ਼ ਹੈ ਇਸਨੂੰ ਪਿਛਲੀ ਸ਼ਾਰਦਾ ਵੀ ਕਹਿੰਦੇ ਆ ਬਈ। ਫਿਰ ਟਾਕਰੀ, ਗੁਰਮੁਖੀ। ਇਸ ਤਰੀਕੇ ਨਾਲ ਦੇਖੀਏ ਤਾਂ ਆਪਾਂ ਐਵੇਂ ਕਰਕੇ ਹੋਂਦ ਵਿੱਚ ਆਈ ਪਈ ਔਰ ਕਈਆਂ ਗੁਰਮੁਖੀ ਲਿਪੀ ਹੈ ਤੇ ਇਹ ਬਣਾਇਆ ਗਿਆ ਹੈ ਬਈ, ਇਸ ਤਰੀਕੇ ਦਾ ਚਾਰਟ ਹੈ ਜਿਹੜਾ, ਤੇ ਕਈਆਂ ਚ ਸਮਾਨਤਾ ਵੀ ਹੋ ਸਕਦੀ ਹੈ, ਬਰਾਬਰ ਦੇ ਵੀ ਹੋ ਸਕਦੇ ਹੈ ਬਈ ਕਈ, ਪਰੰਤੂ ਫਿਰ ਵੀ ਸਮਝਣ ਲਈ ਇਹ ਯਤਨ ਕੀਤਾ ਗਿਆ ਹੈ। ਹੁਣ ਜਿਹੜਾ ਤਰਲੋਚਨ ਸਿੰਘ ਬੇਦੀ ਹੈ ਉਹਨਾਂ ਦੇ ਮਤ ਨੂੰ ਆਪਾਂ ਜਾਣੀਏ ਬਈ। ਤਰਲੋਚਨ ਸਿੰਘ ਬੇਦੀ ਜੀ ਨੇ ਕਿਹਾ ਹੈ ਕਿ ਜਿਹੜੀ ਸ਼ਾਰਦਾ ਹੈ ਬੁਨਿਆਦੀ ਤੌਰ ਤੇ ਕਸ਼ਮੀਰੀ ਦੀ ਲਿਪੀ ਹੈ ਬਈ, ਸ਼ਾਰਦਾ ਕਸ਼ਮੀਰ ਦੀ ਲਿਪੀ ਹੈ। ਹੋਰ ਇਹਨਾਂ ਨੇ ਪ੍ਰਮਾਣ ਵੀ ਦਿੱਤਾ, ਪ੍ਰਮਾਣ ਕੀਤਾ ਗੁਰੂ ਅੰਗਦ ਦੇਵ ਜੀ ਨੇ ਨਹੀਂ ਬਣਾਈ, ਇਹ ਕਹਿੰਦੇ ਕਹਿੰਦੇ ਤਰਲੋਚਨ ਸਿੰਘ ਬੇਦੀ ਕਹਿੰਦਾ ਹੈ ਗੁਰੂ ਅੰਗਦ ਦੇਵ ਜੀ ਨੇ ਨਹੀਂ ਬਣਾਈ। ਉਹਦੇ ਪਿੱਛੇ ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਕਿਹਾ ਗੁਰੂ ਨਾਨਕ ਦੇਵ ਜੀ ਨੇ ਪੱਟੀ ਬਾਣੀ ਲਿਖੀ ਹੈ, ਪੱਟੀ ਬਾਣੀ ਦੇ ਅੰਦਰ ਵੀ ਅੱਖਰਾਂ ਦਾ ਜਿਹੜਾ ਹੈ ਉਹ ਵਰਣਨ ਕੀਤਾ ਹੋਇਆ। ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਆ ਲਿਪੀ ਹੈ ਉਹ ਅੰਗਦ ਦੇਵ ਜੀ ਨੇ ਨਾਂ ਬਣਾ ਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਉਸ ਤੋਂ ਵੀ ਸੇਧ ਹੈ ਜੋ ਮਿਲਦੀ ਹੈ, ਕਿਉਂਕਿ ਉਹਨਾਂ ਨੇ ਪੱਟੀ ਬਾਣੀ ਰਚੀ ਹੈ ਬਈ। ਇਹ ਵਿਚਾਰ ਨੇ ਤਰਲੋਚਨ ਸਿੰਘ ਬੇਦੀ ਦੇ, ਤੁਸੀਂ ਧਿਆਨ ਰੱਖਣਾ ਹੈ ਨੋਟਸ ਦੇ ਅੰਦਰ ਹਰ ਲਿਖਿਆ ਹੋਇਆ ਤਰਲੋਚਨ ਸਿੰਘ ਬੇਦੀ ਦੇ ਕੀ ਵਿਚਾਰ ਹੈ, ਜੀਬੀ ਸਿੰਘ ਦੇ ਕੀ ਵਿਚਾਰ ਹੈ, ਮੈਕਾਲਫ ਦੇ ਕੀ ਵਿਚਾਰ ਹੈ, ਕਿਸ ਨੇ ਕਿਸ ਵਿਚਾਰ ਦਾ ਖੰਡਨ ਕੀਤਾ, ਇਹਨਾਂ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਭਾਈ। ਤੇ ਤਰਲੋਚਨ ਸਿੰਘ ਬੇਦੀ ਹੈ ਜਿਹੜਾ ਨਿਕਾਸ ਦੱਸਦਾ ਹੈ ਸ਼ਾਰਦਾ ਲਿਪੀ ਤੋਂ, ਤਰਲੋਚਨ ਸਿੰਘ ਬੇਦੀ ਜੋ ਹੈ ਨਿਕਾਸ ਦੱਸਦਾ ਹੈ ਸ਼ਾਰਦਾ ਲਿਪੀ ਤੋਂ 800 ਤੋਂ 1300 ਈਸਵੀ ਦੇ ਵਿਚਾਲੇ ਭਾਈ। ਇਹ ਧਿਆਨ ਰੱਖਣਾ ਬਾਈ, ਤਰਲੋਚਨ ਸਿੰਘ ਬੇਦੀ ਨੇ ਸ਼ਾਰਦਾ ਲਿਪੀ ਦੱਸੀ ਹੈ, ਕਿਹੜੇ ਬੰਦੇ ਨੇ ਕਿਹੜੀ ਲਿਪੀ ਦੱਸੀ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਣਾ ਵੀ ਕਿਸ ਤੋਂ ਵਿਕਾਸ ਦੱਸਿਆ ਭਾਈ। ਹਿਮਾਚਲ ਦੇ ਵਿੱਚ ਉਹ ਕਹਿੰਦਾ ਕਿ ਟਾਕਰੀ ਔਰ ਕਸ਼ਮੀਰ ਦੇ ਅੰਦਰ ਕਸ਼ਮੀਰੀ ਔਰ ਪੰਜਾਬ ਦੇ ਅੰਦਰ ਹੈ ਜਿਹੜੀ ਗੁਰਮੁਖੀ ਜਾਂ ਪੰਜਾਬੀ ਹੈ ਉਹ ਵਰਤੀ ਜਾਂਦੀ ਹੈ। ਗੁਰਮੁਖੀ ਦੀ ਸਾਂਝ ਬਾਰੇ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸ਼ਾਰਦਾ, ਟਾਕਰੀ, ਸਰਾਫਾ, ਸਿੱਧ ਮਾਤ੍ਰਿਕਾ, ਦੇਵਾਸ਼ਿਸ਼ ਜਿਹੜੀ ਪਿਛਲੀ ਸ਼ਾਰਦਾ ਹੈ, ਪ੍ਰਥਮ ਗੁਰਮੁਖੀ ਲਿਪੀ ਇਹ ਹੋ ਸਕਦੀਆਂ ਨੇ, ਕਿਉਂਕਿ ਇਹਨਾਂ ਵਿੱਚ ਕੀ ਹੈ ਕਿ ਅੱਖਰਾਂ 'ਚ ਸਮਾਨਤਾ ਹੈ ਬਈ। ਉਸ ਸਮੇਂ ਜਿਹੜੀ ਅੱਖਰ ਸੀ ਜਿਵੇਂ ਵਹਿ ਤੇ ਬਹਿ ਲਈ ਇੱਕ ਸ਼ਬਦ ਸੀ, ਵਹਿ ਤੇ ਬਹਿ ਲਈ ਇੱਕ ਸ਼ਬਦ ਸੀ ਬਈ। ਤਰਲੋਚਨ ਸਿੰਘ ਬੇਦੀ ਨੇ ਜਿਹੜੀ ਗੱਲ ਕਹੀ ਹੈ ਉਹ ਐਵੇਂ ਕਹੀ ਹੈ ਬਈ, ਉਹ ਕਹਿੰਦਾ ਊੜਾ, ਐੜਾ, ਈੜੀ, ਏ, ਸੱਸਾ ਤੇ ਹਾਹਾ ਤੇ ਅਖੀਰੀ ਲੈਣ ਯੈ, ਰਰਾ, ਲੱਲਾ, ਵਵਾ, ਉਰਸ਼ਾ ਤੇ ਬਾਕੀ 35 ਦੇ ਜਿਹੜੇ 35 ਅੱਖਰ ਹੈ ਉਹ ਸਮਾਨ ਹੈਗੇ ਹੈ। ਹੁਣ ਦੇਖਿਆ ਜਾਵੇ ਤਾਂ ਇੱਥੇ ਕੀ ਹੈ, 5 ਇੱਕ ਅੱਖਰ ਵੱਧ ਗਿਆ ਬਈ, ਇਸ ਹਿਸਾਬ ਨਾਲ ਤਾਂ 37 ਅੱਖਰ ਹੋ ਗਏ, ਪਰੰਤੂ ਉਹਨੇ ਕਿਹਾ ਵਹਿ ਤੇ ਬਹਿ ਲਈ ਇੱਕ ਅੱਖਰ ਹੈ, ਵਹਿ ਤੇ ਬਹਿ ਲਈ ਇੱਕ ਅੱਖਰ ਹੈ ਤੇ ਆ 35 ਅੱਖਰ ਹੈ। ਇਸ ਹਿਸਾਬ ਨਾਲ ਜਿਹੜੇ ਹੈ ਉਹ ਉਸ ਸਮੇਂ ਜਿਹੜਾ ਇਹ ਸਮਾਂ ਸੀਗਾ ਕਿਹੜਾ, ਸਿੱਧ ਮਾਤ੍ਰਿਕਾ ਵਾਲਾ, ਦੇਵਾਸ਼ਿਸ਼ ਪਿਛਲੀ ਸ਼ਾਰਦਾ ਵਾਲਾ, ਪ੍ਰਥਮ ਗੁਰਮੁਖੀ ਲਿਪੀ ਹੈ ਜਿਹੜੀ, ਪ੍ਰਥਮ ਗੁਰਮੁਖੀ ਲਿਪੀ ਹੈ ਉਸ ਦੇ ਅੰਦਰ ਇਸ ਤਰੀਕੇ ਦੀ ਬਣਤਰ ਸੀਗੀ, ਵਹਿ ਤੇ ਬਹਿ ਲਈ ਇੱਕ ਸ਼ਬਦ ਸੀਗਾ ਔਰ ਇੱਥੇ ਜਿਹੜੇ ਆ ਦੋ ਸ਼ਬਦ ਵਰਤੇ ਹੋਏ ਸੀ, ਇਸ ਹਿਸਾਬ ਨਾਲ 35 ਹੋ ਗਏ। ਸਮਾਂ ਕੀ ਹੈ, 10ਵੀਂ ਸਦੀ ਦੇ ਨੇੜੇ, ਅਧਿਐਨ ਸਰੋਤ ਕੀ ਰੱਖਿਆ ਹੈ, ਸਰੋਤ ਵੋਗਲ ਪਈ, ਵੋਗਲ ਇੱਕ ਵਿਦਵਾਨ ਹੋਇਆ ਉਸ ਦਾ, ਕਿਉਂਕਿ ਵੋਗਲ ਹੈ ਜਿਹੜਾ ਉਹ ਵੀ ਨਿਕਾਸ ਕੀ ਦੱਸਦਾ ਹੈ, ਸ਼ਾਰਦਾ ਤੋਂ ਦੱਸਦਾ ਹੈ।
ਹੋਰ ਜਿਹੜਾ ਬੇਦੀ ਹੈ ਉਸਨੇ ਸੇਧ ਕਿਸ ਤੋਂ ਲਿੱਤੀ ਹੈ ਵੋਗਲ ਤੋਂ ਲਿੱਤੀ ਹੈ ਤਾਂ ਵੋਗਲ ਨੇ ਨਿਕਾਸ ਦੱਸਿਆ ਸਾਰਦਾ ਤੋਂ ਹੋਰ ਤਰਲੋਚਨ ਸਿੰਘ ਬੇਦੀ ਹੈ ਉਹ ਵੀ ਕੀ ਨਿਕਾਸ ਦੱਸਦਾ ਉਹ ਵੀ ਨਿਕਾਸ ਦੱਸਦਾ ਸਾਰਦਾ ਤੋਂ ਤੇ ਇਸ ਕਾਰਨ ਕੀ ਹੈ ਕਿ ਇਹਨਾਂ ਦਾ ਜਿਹੜਾ ਨਿਕਾਸ ਦਾ ਦੱਸਿਆ ਵੀ ਇਸ ਤੋਂ ਨਿਕਲੀ ਹੈ ਸਾਰਦਾ ਲਿਪੀ ਤੋਂ ਨਿਕਲੀ ਹੈ ਤਾਂ ਇਹ ਇਕੱਠਾ ਹੈ ਹੁਣ ਆਪਾਂ ਗੱਲ ਕਰੀਏ ਮੈਕਾਲਫ ਦੀ ਮੈਕਾਲਫ ਦੀ ਪੁਸਤਕ ਹੈ ਸਿੱਖ ਰਿਲੀਜਨ ਉਹਦੇ ਅੰਦਰ ਉਹਨੇ ਇੱਕ ਗੱਲ ਕਹਿਤੀ ਜਿਹੜਾ ਕਿ ਵਿਵਾਦ ਦਾ ਵਿਸ਼ਾ ਬਣੀ ਰਹੀ ਉਹਨੇ ਆਹ ਗੱਲ ਕਹੀ ਗੁਰੂ ਅੰਗਦ ਦੇਵ ਜੀ ਦੁਆਰਾ ਸੰਸਕ੍ਰਿਤ ਅੱਖਰਾਂ ਨੂੰ ਸੁਧਾਰ ਕੇ ਪ੍ਰਯੋਗ ਕੀਤਾ ਗਿਆ ਸੰਸਕ੍ਰਿਤ ਅੱਖਰਾਂ ਨੂੰ ਸੁਧਾਰ ਕੇ ਪ੍ਰਯੋਗ ਕੀਤਾ ਗਿਆ ਨਹੀਂ ਐਸੀ ਗੱਲ ਬਿਲਕੁਲ ਨਹੀਂ ਹੈ ਇਸ ਗੱਲ ਦਾ ਬਹੁਤ ਸਾਰੇ ਵਿਦਵਾਨਾਂ ਨੇ ਖੰਡਨ ਕੀਤਾ ਬਈ ਉਹ ਕਹਿੰਦੇ ਨਹੀਂ ਜਿਵੇਂ ਪੜਾਅ ਦਰ ਪੜਾਅ ਚੱਲਦੀ ਹੈ ਲਿਪੀ ਹੈ ਜਿਹੜੀ ਚੱਲਦੀ ਹੈਗੀ ਹੈ ਤੇ ਗੁਰਮੁਖੀ ਲਿਪੀ ਦੀ ਆਪਣੀ ਇੱਕ ਹੋਂਦ ਹੈ ਉਹ ਵੀ ਪੜਾਅ ਦਰ ਪੜਾਅ ਵਿਕਾਸ ਕਰਕੇ ਆਈ ਹੈ ਤੇ ਸੰਸਕ੍ਰਿਤ ਅੱਖਰਾਂ ਨੂੰ ਸੁਧਾਰ ਕੇ ਗੁਰੂ ਅੰਗਦ ਦੇਵ ਜੀ ਨੇ ਨਹੀਂ ਬਣਾਈ ਮੈਕਾਲਫ ਦੇ ਇਸ ਮਤ ਦਾ ਖੰਡਨ ਕੀਤਾ ਮੈਕਾਲਫ ਦਾ ਮਤ ਕੀ ਸੀ ਗੁਰੂ ਅੰਗਦ ਦੇਵ ਜੀ ਦੁਆਰਾ ਸੰਸਕ੍ਰਿਤ ਅੱਖਰਾਂ ਨੂੰ ਸੁਧਾਰ ਕੇ ਗੁਰਮੁਖੀ ਲਿਪੀ ਬਣਾਈ ਨਹੀਂ ਇਹ ਬਿਲਕੁਲ ਗਲਤ ਹੈ ਭਾਈ ਇਸਦਾ ਜਿਹੜਾ ਖੰਡਨ ਕੀਤਾ ਹੁਣ ਖੰਡਨ ਵਾਸਤੇ ਪ੍ਰਮਾਣ ਚਾਹੀਦੇ ਤਾਂ ਉਹਨਾਂ ਨੇ ਕੀ ਗੱਲ ਕਹੀ ਕਿ ਪੁਰਾਤਨ ਜਨਮ ਸਾਖੀ ਵਿੱਚ ਦਰਜ ਹੈ ਕਿ ਦੂਜੇ ਗੁਰੂ ਸਾਹਿਬਾਨ ਨੇ ਭਾਈ ਪੈੜਾ ਜੀ ਤੋਂ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਨਾਗਰੀ ਤੋਂ ਗੁਰਮੁਖੀ ਚ ਉਤਾਰਾ ਕਰਾਇਆ ਤਾਂ ਉਸ ਸਮੇਂ ਕੀ ਸੀ ਯਾਨੀ ਕਿ ਪੈਰਲਲ ਚੱਲ ਰਹੀਆਂ ਸੀ ਦੇਵਨਾਗਰੀ ਤੇ ਪੰਜਾਬੀ ਹੈ ਜਿਹੜੀ ਉਹ ਕੀ ਹੈ ਪੈਰਲਲ ਚੱਲ ਰਹੀ ਹੈ ਬਰਾਬਰ ਚੱਲ ਰਹੀ ਹੈ ਭਾਈ ਐਵੇਂ ਨਹੀਂ ਹੈ ਕਿ ਵੀ ਦੇਵਨਾਗਰੀ ਤੋਂ ਹਿੰਦੀ ਤੋਂ ਪੰਜਾਬੀ ਬਣੀ ਹੈ ਨਹੀਂ ਇਹ ਦੋਨੋਂ ਕੀ ਹੈ ਇਕੱਠੀਆਂ ਉਸ ਸਮੇਂ ਇਕੱਠੀਆਂ ਹੀ ਆਈਆਂ ਹੈਗੀਆਂ ਇਕੱਠੀਆਂ ਨਿਕਲੇ ਇਧਰੋਂ ਪੰਜਾਬੀ ਵਿਕਾਸ ਤੇ ਇਧਰ ਦੇਵਨਾਗਰੀ ਦੇਵਨਾਗਰੀ ਹੈ ਜੋ ਉਹਦਾ ਵਿਕਾਸ ਹੋ ਗਿਆ ਭਾਈ ਦੂਜਾ ਮਤ ਉਹਨਾਂ ਨੇ ਦਿੱਤਾ ਹੈ ਕਿ ਪਾਂਧੇ ਵਾਲੀ ਜਿਹੜੀ ਜਨਮ ਸਾਖੀ ਹੈ ਉਹਦੇ ਵਿੱਚ ਕੀ ਹੈ ਕਿ ਗੁਰੂ ਸਾਹਿਬ ਹੈ ਜਿਹੜੀ ਉਹ ਪੱਟੀ ਲਿਖਦੇ ਆ ਭਾਈ ਊੜਾ ਅੱਖਰ ਉਕੇਰਦੇ ਆ ਵਰਨਾ ਉਹਨਾਂ ਨੇ ਕੀ ਕਰਨਾ ਸੀ ਸੰਸਕ੍ਰਿਤ ਵਾਲੇ ਉਖਰਨੇ ਸੀ ਨਹੀਂ ਸੰਸਕ੍ਰਿਤ ਵਾਲੇ ਅੱਖਰ ਉਹਨਾਂ ਨੇ ਨਹੀਂ ਬਣਾਏ ਉਹਨਾਂ ਨੇ ਜਿਹੜੀ ਹੈ ਗੁਰਮੁਖੀ ਲਿਪੀ ਹੈ ਉਹ ਸਿੱਖ ਰਹੇ ਸੀ ਉਸ ਸਮੇਂ ਉਹ ਤੀਜਾ ਜਿਹੜਾ ਜੀਬੀ ਸਿੰਘ ਹੈ ਉਹ ਖੰਡਨ ਕਰਦਾ ਭਾਈ ਮੈਕਾਲਫ ਦਾ ਔਰ ਉਹ ਕਹਿੰਦਾ ਹੈ ਕਿ ਪਿੰਡ ਹਠੂਰ ਵਿੱਚ ਰਾਏ ਫਿਰੋਜ਼ ਦਾ ਮਕਬਰਾ ਹੈ ਉਹਦੀਆਂ ਕੰਧਾਂ ਦੇ ਉੱਤੇ ਪੁਰਾਣੀ ਲਿਖਤ ਦੇ ਨਮੂਨੇ ਹੈ ਜਿਹੜੇ ਉਹ ਗੁਰਮੁਖੀ ਲਿਪੀ ਨਾਲ ਮਿਲਦੇ ਹੈ ਔਰ ਜਿਹੜੀ ਆਹ ਜੋ ਨਮੂਨੇ ਉਹ 1470 90 97 1501 1516 1587 ਦੇ ਦੱਸੇ ਜਾਂਦੇ ਹੈ ਤੇ ਮੈਕਾਲਫ ਦਾ ਜਿਹੜਾ ਇਹ ਮਤ ਹੈ ਉਹ ਗਲਤ ਹੈ ਉਹਨਾਂ ਨੇ ਸਿੱਧ ਕਰਤਾ ਬਾਈ ਮੈਕਾਲਫ ਦੇ ਮਤ ਦਾ ਹੁਣ ਅੱਗੇ ਗੱਲ ਕਰੀਏ ਡਾਕਟਰ ਗ੍ਰੇਸਨ ਸੀ ਜਿਹੜਾ ਉਹ ਕਹਿੰਦਾ ਹੈ ਕਿ ਗੁਰਮੁਖੀ ਹੈ ਸਾਰਦਾ ਤੋਂ ਬਣੀ ਹੈ ਹੋਰ ਜਿਹੜਾ ਪ੍ਰੀਤਮ ਸਿੰਘ ਹੈ ਉਹਨਾਂ ਮਤ ਹੈ ਕਿ ਗੁਰਮੁਖੀ ਹੈ ਜਿਹੜੀ ਉਹ ਸਿੱਧ ਮਾਤ੍ਰਿਕਾ ਦਾ ਸਿੱਖ ਨਾਮ ਹੈ ਹੁਣ ਤੁਸੀਂ ਧਿਆਨ ਰੱਖਣਾ ਬਈ ਕਿਹੜੇ ਬੰਦੇ ਨੇ ਕੀ ਕਿਹਾ ਗ੍ਰੇਸਨ ਨੇ ਕਿਹਾ ਸਾਰਦਾ ਤੋਂ ਬਣੀ ਹੈ ਪ੍ਰੀਤਮ ਸਿੰਘ ਨੇ ਕਿਹਾ ਸਿੱਧ ਮਾਤ੍ਰਿਕਾ ਦਾ ਸਿੱਖ ਨਾਮ ਹੈ ਸਾਰਦਾ ਦੇਵਾਸੇ ਸਟਾਕਰੀ ਤਾਂ ਸਿੱਧ ਮਾਤ੍ਰਿਕਾ ਦੀਆਂ ਪੁੱਤਰ ਪੁੱਤਰੀਆਂ ਨੇ ਇਹ ਗੱਲ ਹੋਰ ਉਹਨੇ ਕੀ ਉਹਨੇ ਕਿਹਾ ਵੀ ਜਿਹੜੀ ਸਾਰਦਾ ਹੈ ਦੇਵਾਸ਼ਿਸ਼ ਹੈ ਟਾਕਰੀ ਹੈ ਇਹ ਤਾਂ ਸਿੱਧ ਮਾਤ੍ਰਿਕਾ ਦੀਆਂ ਪੁੱਤਰ ਪੁੱਤਰੀਆਂ ਹੈ ਔਰ ਗੁਰਮੁਖੀ ਹੈ ਉਹ ਵੀ ਸਿੱਧ ਮਾਤ੍ਰਿਕਾ ਦਾ ਹੀ ਸਿੱਖ ਨਾਮ ਹੈ ਇਹ ਗੱਲ ਕਹੀ ਪ੍ਰੀਤਮ ਸਿੰਘ ਨੇ ਹੁਣ ਕੀ ਕੀਤਾ ਗੁਰੂ ਸਾਹਿਬਾਂ ਨੇ ਕੀ ਕੀਤਾ ਸੀਗਾ ਸਥਾਨਕ ਲਿਪੀ ਵਜੋਂ ਅਪਣਾਇਆ ਔਰ ਗੁਰਮੁਖੀ ਨਾਮਕਰਨ ਦਿੱਤਾ ਜਿਹੜਾ ਗੁਰਮੁਖ ਸ਼ਬਦ ਹੈ ਉਹ ਨਾਥ ਜੋਗੀਆਂ ਦੇ ਸਾਹਿਤ ਵਿੱਚ ਹੈ ਪਈ ਹੁਣ ਅੱਗੇ ਗੱਲ ਕਰੀਏ ਆਪਾਂ ਗੱਲ ਕਰ ਰਹੇ ਹਾਂ ਵੱਖ ਵੱਖ ਵਿਦਵਾਨਾਂ ਦੇ ਮਤਾਂ ਦੀ ਕਿਹੜਾ ਵਿਦਵਾਨ ਕੀ ਆਖਦਾ ਹੈ ਗੌਰੀ ਸ਼ੰਕਰ ਹੀਰਾ ਚੰਦ ਓਜਾ ਬਈ ਇਸ ਨੇ ਕਿਹਾ ਹੈ ਕਿ ਗੁਰਮੁਖੀ ਤੇ ਟਾਕਰੀ ਦੋਹਾਂ ਦਾ ਵਿਕਾਸ ਹੈ ਜਿਹੜਾ ਸਾਰਦਾ ਤੋਂ ਹੋਇਆ ਓਜਾ ਕਹਿੰਦਾ ਹੈ ਕਿਸ ਤੋਂ ਹੋਇਆ ਸਾਰਦਾ ਤੋਂ ਹੋਇਆ ਹੈ ਭਾਈ ਗਿਆਨ ਰਤਨਾਵਲੀ ਸੂਰਤ ਸਿੰਘ ਚਨਿਓਟ ਤੇ ਗਿਆਨ ਰਤਨਾਗਰ ਆਤਮਨਾਥ ਚ ਪਾਂਧਾ ਸਾਰਦਾ ਮੰਤਰ ਗੁਰੂ ਜੀ ਨੂੰ ਪੜਾਉਂਦਾ ਹੈ ਇਹ ਕਿਹਦੇ ਵਿਚ ਆ ਰਿਹਾ ਵੀ ਗਿਆਨ ਰਤਨਾਵਲੀ ਦੇ ਅੰਦਰ ਸੂਰਤ ਸਿੰਘ ਚਨਿਓਟ ਤੇ ਗਿਆਨ ਰਤਨਾਗਰ ਇਹਦੇ ਦੱਸਿਆ ਗਿਆ ਹੈ ਕਿ ਪਾਂਧਾ ਹੈ ਜਿਹੜਾ ਸਾਰਦਾ ਮੰਤਰ ਹੈ ਉਹ ਗੁਰੂ ਜੀ ਨੂੰ ਪੜਾਉਂਦਾ ਹੈ ਤਾਂ ਇੱਥੋਂ ਪਤਾ ਲੱਗਿਆ ਇਹ ਸਾਰਦਾ ਤੋਂ ਬਣੀ ਹੈ ਭਾਈ ਹਰ ਇੱਕ ਦਾ ਜਿਹੜਾ ਮਤ ਹੈ ਉਹ ਤੁਸੀਂ ਧਿਆਨ ਵਿੱਚ ਰੱਖਣਾ ਹੈ ਹੁਣ ਕੀ ਹੈ ਕਿ ਜੀਬੀ ਸਿੰਘ ਹੈ ਜਿਹੜਾ ਉਹਨੇ ਇੱਕ ਮਤ ਦਿੱਤਾ ਬਈ ਜੀਬੀ ਸਿੰਘ ਨੇ
जी बी सिंह का मत आ सीगा कि जड़ी गुरमुखी लिपि है उनका निर्माता हिंदू व्यापारी है। यह है जी जी बी सिंह का मत। हिंदू व्यापारी जी बी सिंह ने बहुत वड्डी गल कहती और आ गल कहती उन्हें कि निर्माता कोई हिंदू व्यापारी है, गुरु जी का इहदे विच कोई योगदान नहीं है, सिर्फ ना तो बिना। ए जी बी सिंह एडा इन्ना वड्डा विद्वान सी भाई, उन्हें आ जदों आ गल आखी तां हुण इस मत का भी खंडन हो गया। वह कहिंदे नहीं, गुरु साहिबा का बहुत वड्डा योगदान है, और आ गल सच्ची है, गुरु साहिबा का बहुत वड्डा योगदान है। जे गुरु साहिब गुरमुखी नूं ना अपनाउंदे तां होरां लिपियां वांगू आ भी रुल जांदी। हुण टैक्निकल तरीके नाल इहदा खंडन कीता गया भाई। हरकीरत सिंह है जिहड़ा, उह भी भाषा विज्ञानी है जिसनूं आपां फॉलो कीता है भाई, भावें तां जिहड़ा हुण आपां गुरमुखी लिपि दा विकास ते निकास पढ़ रहे इहदे विच आपां फॉलो कीता हरकीरत सिंह नूं और जी बी सिंह नूं, क्योंकि दोनों ही रिसर्चर सीगे। हरकीरत सिंह ने इस मत का खंडन किया भाई, और आधार की दिता, वह कहता हिंदू व्यापारी हथों विगाड़ होया सवार नहीं होया भाई, विगाड़ करता उन्होंने। तो दूजा मत उन्हें आ दिता है कि गुरुआ ने लिपि मांझी सवारी तरतीब दिती, स्वीकारी ते प्रचलित की गुरु अंगद देव जी ने और गुरु साहबान ने भाई। तीजा वह कहता है, खंडन करते हुए मत देता है कि व्यापारियों समय लगा मात्रा जड़िया सी और अखर का रूप से जोड़ा और अस्थिर सीगा, निश्चित नहीं सीगा। व्यापारी अखर आखते सन, लिपि नहीं, वह कहते अखर आ, उन्हें अखर की वरतों करते और स्वरूप भी निश्चित नहीं सी, मतलब एक एक धुनी लिए तीन तीन शब्द प्रचलित सन। और ये महाजन ने नहीं बनाए, ये परंपरा तो मिले है, परंपरा तो जैसे पड़ा दर पड़ा चलता होया आ रहा है, जैसे आप पिछे पढ़िया सीगा भाई, वह पड़ा दर पड़ा चलती हुई कहानी आ रही है, उत्थों ही महाजना ने लिते, उन्होंने कोई अपने खुद नहीं कड़ ले उन्होंने। हुण जदों वह व्यापारी वरतों करते सी सस्सा लल्ला ते वावा, इन्हां दे तीन रूप प्रचलित सी बई, और दद्दे दे दो, जिहड़ा दद्दा है उस दे दो रूप प्रचलित सी, इहदे तीन तीन रूप प्रचलित सी, मतलब कहण दा भाव कि एक ही अखर दे कईआं दे तीन तीन रूप प्रचलित सी, कईआं दे दो दो रूप प्रचलित सी। उस समय लगा कदे कदे वरतदे सन, कदे नहीं भी वरतदे सी बई लगा नूं, जिन्हां दे जिहड़े रूप सी जिदी होनी गल कीते एक सार नहीं सी, नासिकता लई बिंदी दी वरतों करदे सी, टिप्पी दी जिहड़ी वरतों सी ओह नाम मात्र वरतों करदे सी, टिप्पी दी बिंदी दी वरतों वध सी, एक धुनी लई कई अखर सीगे जिहदा जिहड़ा जी करदा सी अखर वरत लिया करदा, दो दो तीन तीन अखर वरतों विहार दे विच सीगे, अखर अड़ै है जिहड़ा ओह मौजूद ही नहीं सी भाई, अड़ै अखर उस समय मौजूद नहीं सी। गुरुआं दा बहुत वड्डा योगदान है, उनके बारे आपां गल करिए, गुरुआं दे योगदान बारे, गुरुआं दा की योगदान रहा, गुरुआं ने की किया, हर धुनी लई एक चिन्ह निश्चित किया, 35 अखरी निश्चित की, हजे तक आपां उन्हां दा ही वरतों कर रहे हाँ। यह किंदा योगदान है? यह श्री गुरु अंगद साहब का योगदान है, गुरुआं का योगदान है कि हर धुनी लई एक अखर निश्चित करता पई, पहला अजिहा नहीं सीगा। शब्द जोड़ उच्चारण अनुसार रखे गए गुरु साहबां ने, जैसे स्त्री है एवें नहीं भाई स्त्री लिखता, एवें लिखा गया, यह किन्ने निर्धारित किया? यह निर्धारित किया गुरुआ ने, शब्द जोड़ का उच्चारण अनुसार भाई, जो उच्चारांगे वो ही लिखांगे। होर अड़ै गंगा झज्जा झंझा, इन्हां दे जिहड़े रूप है वह गुरु साहबां ने निश्चित किए भाई।
आलो भाई ना झज्जा होर अड़े, इन्हां दे रूप है वो गुरु साहिबां ने निश्चित किया भाई। इस वास्ते चढ़ याद कर लियो भाई, चढ़ आ दो ना, इन्हां दी वरतों बहुत घट हो रही है अजकल, याद रखने वास्ते वर्तमान के अंदर इन्हां दी वरतों की है घट है, और इन्हां लई ये मतलब आ शब्द चढ़ गए भाई, आ शब्द चढ़ गए, इथों आपां नूं ध्यान रह जूगा भाई। निश्चित कीती दुलावा होड़ा कनोड़ा, दुलावा होड़ा कनोड़ा, ये किन्ने बनाया, ये गुरु साहिबान की देन है, निश्चित किते इन्हां ने। कदे कोई लगा वरतदा सी, लगा वरतदे सी, जी करदा सी वरत लेंदे सी, जी करदा सी नहीं वरतदे सी, परंतु गुरु साहिबान ने निश्चित किया है भाई। तीन स्वर प्रणाली, ऊड़ा ऐड़ा ईड़ी, आ स्वर वाहक है सब तो पहले लगे हुए जड़े, और ऊड़ा पहले नंबर ते क्यों है, ऐड़ा दूजे नंबर ते क्यों है, ईड़ी तीजे नंबर ते क्यों, और सारी दी सारी वर्णमाला केड़ा अक्षर किस जगह ते किवें टिकया होया है, इस दे बारे धुनी बोध वाला तुसीं वीडियो वेख सकते हो भाई। एक एक गल है जिहड़ी समझाई गई है, कित्थों अक्षर निकल रहा है, कैवें स्थान है, और की उहदी रीत है, विधि है, किस कारण आ सारी वर्णमाला की सैटिंग हुई है की है, उस बारे उत्थे तुसीं वेख सकते हो। तीन स्वर प्रणाली अपनाई, लगा ते नासकी चिन्ह वर्तने जरूरी किते, ते अखरां दी तरतीब निश्चित कीती। ये जिहड़ा योगदान सी बहुत वड्डा योगदान है जिहड़ा गुरु साहिबां दा सी भाई। और जे गुरु साहिब गुरमुखी लिपि नूं ना अपनाउंदे तां होरां लिपियां दे वांग ये भी इस समय होंद विच नहीं आई सी, अज भी आपां पढ़ रहे हां, प्रचलित है, लोग पढ़ रहे हैं शौक दे नाल, रुजगार भी मिले है, सब कुछ गुरु साहिबां ने गोद लिती है, इहनूं सुधारी निश्चित कीती, सारी तरतीब निश्चित कीती। होर गुरु ग्रंथ साहिब है जो पूरा गुरमुखी दे अंदर लिखिया, जी उठी गुरमुखी बई जी उठी, ये बहुत वड्डा योगदान है। जीबी सिंह ते प्रीतम सिंह दा मत है पंजाबी भाषा ते गुरमुखी लिपि 9वीं 10वीं ईस्वी विच पैदा हो चुकियां सन, आ गल है। देखो जिहड़ी लिपि सी ओह पड़ा दर पड़ा विकास कर रही सी भाई, करदी करदी गुरु साहिबां तक पहुंची, और गुरु साहिबां ने फिर की कीता, उहनूं निश्चित करता, हर चीज जिहड़ी निश्चित करती, 35 अक्षर निश्चित करती, लगा मात्रा निश्चित कीते, स्वर निश्चित कीते, उसनों नखारता, यह बहुत वड्डा योगदान है। इस चीज में थोड़ा समझना है भाई तुसी। हुण आपां गल करांगे गुरमुखी लिपि दे विकास दा पहला पड़ाव भाई, किवें पड़ा दर पड़ा है जिहड़ी गुरमुखी लिपि है अपने तक पहुंची है भाई। आलो जी पहला पड़ा, पहले पड़ा दे अंदर की होया, जिहड़ा पहला पड़ा है 16वीं तो 19वीं सदी तक, 16वीं तो 19वीं सदी तक, इस तो पहला ही तो आप गल कर ही ली थी। फिर इत्थे की है गुरु साहब जिहड़े 16वीं सदी के आसे पासे गुरु साहबां ने अपना लिया, हुण उस तो अगे पहले पड़ा की गल करते हैं भाई। पहला पड़ा 16वीं तो 19वीं सदी तक, 16वीं सदी च स्वरूप उगड़िया, 19वीं सदी के प्रमाणिक रूप निश्चित किया गया वर्तमान के अंदर जो है, और जिसनों आप फॉलो कर रहे हैं कायदे के अंदर जो लिखी हुई है आप पढ़ रहे हैं। गुरमुखी अखर उपर पूर्ण रेखावां दे रूप निश्चित किए गए भाई, जिवें आ मैं है और आ की है सह है, यह निश्चित किया गया भाई। यह जिहड़ा अखर है सारदा वाली उपरली रेखा ते पैरां दी पच्चर है जिहड़ी खत्म करती, और उसका रूप आ निश्चित किया गया भाई। ऊ ते ई सुतंत्र धुनिया खत्म करतियां भाई, जिहड़ी ऊ ते ई ये सुतंत्र धुनिया खत्म करतियां। हुण ऊ दी अगर वरतों होंदी है तां या तां ऊ एवें आऊगा या ऊ एवें आऊगा, ठीक है, या फिर भाई ऐ आऊगा, एवें ई है तुहानूं आ ई देखण च नहीं मिलेगी किसे भी शब्द के अंदर, ऊ ते ई आ वेखण च नहीं मिलणगे, आ वेखण च मिलणगे, एवें ईड़ी है भाई, ते ईड़ी च की है या तां सियारी लगी होगी या बिहारी या फिर एवें ए लगी होगा, यानी कि जिहड़ियां जिहड़ियां मात्रां जिहड़ियां जिहड़ियां मात्रावां इन्हां नाल लगदियां वो लगन लगियां।
स्वतंत्र रूप दे विच जिहड़ी इन्हां दी वरतों है वह बंद हो गई खत्म। होर वै ते बै दी जिहड़ी वरतों पहला इकट्ठा यूज कर लैंदे सी, वै ते बै एक ही अखर सीगे, परंतु हुण की है वै ते बै दो वखरे वखरे अखर हो गए पई। डै दी बणतर च वाधा करके आ डै है, इस दी बणतर दे विच वाधा किया गया और अड़ै बनाया गया पई। की किया गया? अड़ै बनाया गया। ਇਹ ਜਿਹੜੀਆਂ ਚੀਜ਼ਾਂ ਹੈ 16ਵੀਂ ਸਦੀ ਜਿਹੜਾ ਪਹਿਲਾ ਪੜਾਅ ਹੈ ਉਸ ਦੇ ਵਿੱਚ ਆਈ ਆ। ਆਇਆ ਬਈ ਸਾਰਦਾ ਚ ਸਹਿ ਜਿਹੜਾ ਸਿਰੋ ਰੰਗਾ ਸੀਗਾ, ਪਰੰਤੂ ਆਧੁਨਿਕ ਰੂਪ ਜਿਹੜਾ ਸਹਿ ਦਾ ਹੈ ਆਹ ਪ੍ਰਚਲਿਤ ਹੈ ਭਾਈ। ਹੋਰ ਸਹਿ ਛੈ ਖੈ ਧੁਨੀ ਚਿੰਨ ਹੁਣ ਵਾਲੇ ਵਿਕਸਿਤ ਰੂਪ ਦੇ ਵਿੱਚ ਹੈ ਬਈ, ਜਿਹੜੇ ਆ ਹੈ ਬਈ ਸਹਿ ਛੈ ਤੇ ਖੈ। ਧੁਨੀ ਚਿੰਨ ਵਿਕਸਿਤ ਰੂਪ ਹੈ ਜਿਹੜਾ ਹੁਣ ਚੱਲ ਰਿਹਾ ਹੈ, ਇਹ ਸੀ ਉਸ ਸਮੇਂ ਵੀ ਸੀ। 18ਵੀਂ ਸਦੀ ਤੱਕ ਸਵਰ ਮਾਤਰਾ ਦੀ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕੇ ਸੀ ਬਈ, ਸਵਰ ਔਰ ਉਹਨਾਂ ਦੀਆਂ ਮਾਤਰਾ ਵਿਕਸਿਤ ਹੋ ਚੁੱਕੀਆਂ ਸੀ। ਦੋਹਰੇ ਤੇਰੇ ਸੰਯੁਕਤ ਅੱਖਰਾਂ ਦੀ ਪ੍ਰਥਾ ਕਟੀ। 16ਵੀਂ 17ਵੀਂ ਸਦੀ ਤੱਕ ਆਦਿ ਗ੍ਰੰਥ ਚੋਂ ਤਹਿਰੇ ਸੰਯੁਕਤ ਅੱਖਰ ਨਹੀਂ ਮਿਲਦੇ ਪਏ। 16ਵੀਂ 17ਵੀਂ ਸਦੀ ਦੇ ਵਿੱਚ ਤੀਹਰੇ ਸੰਯੁਕਤ ਅੱਖਰਾਂ ਦੀ ਘਾਟ। ਹੋਰ ਜਿਹੜੇ 94ਵੇਂ ਸੰਯੁਕਤ ਅੱਖਰ ਦੀ ਵਰਤੋਂ ਕੀਤੀ ਗਈ ਬਈ, ਜਿਵੇਂ ਆਪਾਂ ਵੇਖ ਰਹੇ ਹਾਂ ਹਜੇ ਵੀ ਐਵੇਂ ਹੈ ਰਹਿ ਵੇ, ਆਹ ਪਹਿਲੀ ਸ਼ਬਦ ਹੈ ਰਹਿ ਤੇ ਵੈ, ਇਹ ਪੈਰਾਂ ਚ ਵਰਤੇ ਜਾਂਦੇ ਆ, ਹੋਰ ਨਹੀਂ ਵਰਤੇ ਜਾਂਦੇ ਬਈ, ਹੋਰ ਸ਼ਬਦ ਨਹੀਂ ਵਰਤੇ ਜਾਂਦੇ। ਹੈ ਤੇ ਰਹਿ, ਹੈ ਰਹਿ ਤੇ ਵੈ, ਇਹ ਤਿੰਨ ਅੱਖਰ ਹੈ ਜਿਹੜੇ ਉਹ ਵਰਤੇ ਜਾਂਦੇ ਆ। ਹੁਣ ਕੀ ਕੀਤਾ? ਹੋਰ ਇੱਕ ਕੰਮ ਕੀਤਾ ਬਈ, ਬਿੰਦੀ ਨਾਲ ਔਰ ਟਿੱਪੀ ਨਾਲ ਨਿਸ਼ਚਿਤ ਕੀਤਾ ਗਿਆ, ਬਿੰਦੀ ਤੇ ਟਿੱਪੀ ਬਈ, ਬਿੰਦੀ ਨਾਲ ਕਿਹੜਾ ਲੱਗੇਗਾ, ਟਿੱਪੀ ਨਾਲ ਕਿਹੜਾ ਲੱਗੇਗਾ ਬਈ, ਬਿੰਦੀ ਤੇ ਟਿੱਪੀ ਇਸ ਨੂੰ ਨਿਸ਼ਚਿਤ ਕੀਤਾ ਗਿਆ। ਆਹ ਜਿਹੜੀਆਂ ਚੀਜ਼ਾਂ ਨੇ ਪਹਿਲੇ ਪੜਾਅ ਦੀਆਂ ਨੇ ਭਾਈ, ਪਹਿਲੇ ਪੜਾਅ ਦੇ ਅੰਦਰ ਆਹ ਕੰਮ ਹੋਇਆ। ਹੁਣ ਆਪਾਂ ਗੱਲ ਕਰਦੇ ਹਾਂ ਦੂਜਾ ਪੜਾਅ ਭਾਈ, ਦੁਬਾਰਾ ਰਿਪੀਟ ਨਹੀਂ ਕਰਦਾ ਬਈ, ਤੁਸੀਂ ਪਿੱਛੇ ਜਾ ਕੇ ਇਸ ਨੂੰ ਵੇਖ ਲਿਓ, ਕਿਉਂਕਿ ਫਿਰ ਚੈਪਟਰ ਬਹੁਤ ਵੱਡਾ ਹੋ ਜਾਏਗਾ ਦੁਬਾਰਾ ਦੁਬਾਰਾ ਰਿਪੀਟ ਕਰਾਂਗਾ ਤਾਂ। ਤੁਸੀਂ ਪਿੱਛੇ ਜਾ ਕੇ ਵੇਖ ਲਿਓ ਬਈ ਕਿਹੜੇ ਕਿਹੜੇ ਦੂਜੇ ਪੜਾਅ ਦੇ ਅੰਦਰ ਆਈਆਂ ਹੈ, ਔਰ ਨੋਟਸ ਅਵੇਲੇਬਲ ਹੈ ਉਹਨਾਂ ਵਿੱਚ ਵੀ ਵੇਖ ਲਿਓ। ਹੁਣ ਦੂਜਾ ਪੜਾ, ਕਾਨ ਸਿੰਘ ਨਾਭਾ ਦਾ ਮਤ ਹੈ, ਉਹਨੇ ਕੀ ਮਤ ਦਿੱਤਾ, ਉਹਨੇ ਆ ਕੇ ਆ ਕਿ ਗੁਰਮੁਖੀ ਟਾਈਪ ਸਭ ਤੋਂ ਪਹਿਲਾਂ ਲੁਧਿਆਣੇ ਦੇ ਪਾਦਰੀਆਂ ਨੇ 1845 ਚ ਤਿਆਰ ਕੀਤੀ, ਔਰ ਪਹਿਲੀ ਪੁਸਤਕ ਹੈ ਜਿਹੜੀ ਆਈਡੋਮੈਟਿਕ ਸੈਂਟੈਂਸ ਇਨ ਪੰਜਾਬੀ ਗੁਰਮੁਖੀ ਟਾਈਪ ਨਾਲ ਛਪੀ। ਕਾਨ ਸਿੰਘ ਨਾਭਾ ਦਾ ਮਤ, ਹਲੋ ਬਈ ਕਾਨ ਸਿੰਘ ਨਾਭਾ ਦਾ ਮਤ ਕੀ ਹੈ ਲੁਧਿਆਣਾ ਦੇ ਪਾਦਰੀਆਂ ਨੇ ਟਾਈਪ ਦੇ ਬਾਰੇ, ਟਾਈਪ ਦੇ ਬਾਰੇ ਕਹਿ ਰਹੇ ਲੁਧਿਆਣਾ ਦੇ ਪਾਦਰੀਆਂ ਨੇ ਬਣਾਈ। ਹੋਰ ਜਿਹੜਾ ਗੰਡਾ ਸਿੰਘ ਹੈ ਉਹਦਾ ਮਤ ਹੈ ਕਿ ਲੁਧਿਆਣਾ ਮਿਸ਼ਨ ਪ੍ਰੈਸ ਵੱਲੋਂ ਬਣੀ ਹੈ ਬਈ ਟਾਈਪ ਹੈ ਜਿਹੜੀ। ਗੰਡਾ ਸਿੰਘ ਦਾ ਮਤ ਲੁਧਿਆਣਾ ਮਿਸ਼ਨ ਪ੍ਰੈਸ ਵੱਲੋਂ ਹੈ ਜਿਹੜੀ ਟਾਈਪ ਬਣੀ। ਹੋਰ 19ਵੀਂ ਸਦੀ ਦੇ ਸ਼ੁਰੂ ਚ ਗੁਰਮੁਖੀ ਛਾਪੇਖਾਨੇ ਦਾ ਆਰੰਭ ਹੋਇਆ। ਹਰਨਾਮ ਸਿੰਘ ਹੈ ਜਿਹੜੇ ਉਹਦੇ ਉਹਨੇ ਜਿਹੜੇ ਸਿੱਟੇ ਕੱਢੇ ਹੈ ਉਹਦੇ ਬਾਰੇ ਵੀ ਗੱਲ ਕਰ ਲਈਏ ਬਈ। ਹਰਨਾਮ ਸਿੰਘ, ਹਰਨਾਮ ਸਿੰਘ ਕੀ ਆਖਦਾ ਹੈ ਕਿ ਗੁਰਮੁਖੀ ਟਾਈਪ ਹੈ ਜਿਹੜੀ ਪਹਿਲੀ ਵਾਰ ਢਾਲਣ ਦਾ ਸਹਿਰਾ ਲੁਹਾਰ ਪੰਚਾਨੰਦ ਤੇ ਸਾਥੀ ਮਨੋਹਰ ਸਿਰ ਹੈ ਬਈ, ਪੰਚਾਨੰਦ ਤੇ ਮਨੋਹਰ ਦੇ ਸਿਰ ਹੈਗਾ। ਇਹਨਾਂ ਨੇ ਕੀ ਕੀਤਾ ਕਿ ਜਿਹੜੇ ਪੰਚਾਨੰਦ ਹੋਰ ਮਨੋਹਰ ਹੈ ਗੁਰਮੁਖੀ ਟਾਈਪ ਸ੍ਰੀਰਾਮਪੁਰ ਬੰਗਾਲ ਮਿਸ਼ਨਰੀ ਨੇ ਬਣਾਈ ਹੈ ਬਈ, ਸ੍ਰੀਰਾਮਪੁਰ ਬੰਗਾਲ ਮਿਸ਼ਨਰੀ ਨੇ ਬਣਾਈ ਹੈ। ਕਿਹਨਾਂ ਤੋਂ ਬਣਵਾਈ? ਇਹ ਲੁਹਾਰ ਸੀ ਪੰਚਾਨੰਦ ਤੇ ਮਨੋਹਰ ਲੁਹਾਰ ਸੀ, ਉਹਨਾਂ ਨੇ ਬਣਾਈ ਪਈ। ਔਰ ਗੁਰਮੁਖੀ ਟਾਈਪ ਦੀ ਪਹਿਲੀ ਵਰਤੋਂ ਡਾਕਟਰ ਕੈਰੀ ਨੇ ਕੀਤੀ। ਇਹ ਕੀ ਕਹਿੰਦਾ? ਡਾਕਟਰ ਕੈਰੀ ਨੇ ਕੀਤੀ। ਪੁਸਤਕ ਕਿਹੜੀ ਸੀ? ਪੰਜਾਬੀ ਨਿਊ ਟੈਸਟਮੈਂਟ 1811 ਤੇ ਇਹ ਗਰਾਮਰ ਆਫ ਪੰਜਾਬੀ ਲੈਂਗੁਏਜ 1812 ਔਰ ਪੂਰੀ ਸੂਰੀ ਪੁਸਤਕ ਹੈ ਨਵੀਂ ਸਾਖ। ਇਹ ਤਿੰਨ ਪੁਸਤਕਾਂ ਜਿਹੜੀਆਂ ਉਹ ਛਪੀਆਂ ਪਈ।
ਹੁਣ ਕੀ ਹੈ ਤੁਸੀਂ ਕਈ ਜਿਹੜਾ ਅਲੱਗ ਅਲੱਗ ਥਾਂ ਤੇ ਆ ਪੜ੍ਹਦੇ ਹੋ ਤਾਂ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈ ਬਈ ਗੁਰਮੁਖੀ ਟਾਈਪ ਬਾਰੇ ਨਾਭਾ ਸਿੰਘ ਦੇ ਵਿਚਾਰ ਆਪਾਂ ਨੂੰ ਪਤਾ ਲੁਧਿਆਣੇ ਦੇ ਪਾਦਰੀ ਗੰਡਾ ਸਿੰਘ ਦੇ ਲੁਧਿਆਣਾ ਮਿਸ਼ਨ ਪ੍ਰੈਸ ਹਰਨਾਮ ਸਿੰਘ ਕੀ ਕਹਿੰਦਾ ਪੰਚਾਨੰਦ ਤੇ ਮਨੋਹਰ ਜਿਹੜੇ ਲੋਹਾਰ ਸੀ ਉਹਨਾਂ ਨੇ ਬਣਾਈ ਸੀ ਹੋਰ ਸ਼੍ਰੀਰਾਮਪੁਰ ਬੰਗਾਲ ਮਿਸ਼ਨਰੀ ਹੈ ਜਿਹੜੀ ਉੱਥੇ ਬਣੀ ਸੀਗੀ ਤੇ ਅਲੱਗ ਅਲੱਗ ਮਤ ਹੈ ਜਿਹੜੇ ਆਪਣੇ ਸਾਹਮਣੇ ਹੈ ਤੁਸੀਂ ਇਹਨਾਂ ਨੂੰ ਧਿਆਨ ਵਿੱਚ ਰੱਖਣਾ ਹੈਗਾ ਕੋਈ ਕਨਫਿਊਜ਼ ਨਹੀਂ ਹੋਣਾ ਆਪਾਂ ਹਰ ਇੱਕ ਕੋਈ ਵੀ ਚੀਜ਼ ਆਪਾਂ ਪੜ੍ਹਾਈ ਹੈ ਤਾਂ ਉਸੇ ਤਰੀਕੇ ਨਾਲ ਪੜ੍ਹਾਈ ਹੈ ਭਾਈ ਕਿਹੜੀ ਕਿਤਾਬ 'ਚ ਕੀ ਕਿਹੜੀ ਕਿਤਾਬ 'ਚ ਕੀ ਆਪਾਂ ਕੀ ਕਰੀਏ ਆਪਾਂ ਨੂੰ ਇਹ ਧਿਆਨ ਰੱਖਣਾ ਵੀ ਕਿਹੜੀ ਲਿਖਾਰੀ ਦੀ ਲਿਖਾਰੀ ਨੇ ਕੀ ਗੱਲ ਕਹੀ ਹੈ ਭਾਈ ਠੀਕ ਹੈ ਤੇ ਆਪਾਂ ਕੀ ਕਰਾਂਗੇ ਉੱਥੇ ਆਪਾਂ ਵੇਖਿਆ ਪਿਛਲਾ ਜਿਹੜਾ ਟ੍ਰੈਂਡ ਆ ਰਿਹਾ ਪੇਪਰਾਂ ਦਾ ਉਹਦੇ 'ਚ ਅਗਲੇ ਨਾਮ ਦਿੰਦੇ ਹੈ ਭਾਈ ਇਸ ਨੇ ਕੀ ਕਿਹਾ ਤਾਂ ਕਿ ਕਿਸੇ ਪ੍ਰਕਾਰ ਦੀ ਕਿੰਤੂ ਪਰੰਤੂ ਰਵੀ ਨਾ ਹੁਣ ਹੈ ਪ੍ਰੇਮ ਪ੍ਰਕਾਸ਼ ਕੀ ਕਹਿੰਦਾ ਬਈ ਦੂਜੇ ਪੜਾਅ ਦੇ ਅੰਦਰ ਉਹ ਕਹਿੰਦਾ ਅਧਖ ਦਾ ਵਿਕਾਸ ਹੈ ਉਹ ਫਾਰਸੀ ਦੇ ਸੱਦ ਤੋਂ ਹੋਇਆ ਹੈ ਪ੍ਰੇਮ ਪ੍ਰਕਾਸ਼ ਬਹੁਤ ਵੱਡਾ ਵਿਦਵਾਨ ਹੈ ਬਈ ਭਾਸ਼ਾ ਵਿਗਿਆਨੀ ਹੈ ਉਹ ਕਹਿੰਦਾ ਅਧਖ ਦਾ ਵਿਕਾਸ ਹੈ ਸੱਦ ਤੋਂ ਹੋਇਆ ਸੱਦ ਸੱਦ ਦੇ ਵਿੱਚ ਅਧਖ ਲੱਗੀ ਦੇਣਾ ਇਹ ਫਾਰਸੀ ਦੇ ਸੱਦ ਤੋਂ ਅਧਖ ਦਾ ਵਿਕਾਸ ਹੋਇਆ ਫਿਰ ਅਧਖ ਹੈ ਜੋ ਵਿਕਸਿਤ ਹੋ ਗਈ ਪੁਰਾਣੀ ਗੁਰਮੁਖੀ ਚ ਪੂਰਨ ਵਿਰਾਮ ਲਈ ਇੱਕ ਡੰਡੀ ਤੇ ਗੁਰਬਾਣੀ ਤੇ ਜਨਮ ਸਾਖੀਆਂ ਚ ਦੋ ਡੰਡੀਆਂ ਤੁਸੀਂ ਵੇਖਦੇ ਹੋਗੇ ਬਈ ਪੂਰਨ ਵਿਰਾਮ ਦੇ ਲਈ ਜਨਮ ਸਾਖੀਆਂ ਵਗੈਰਾ ਹੋਰ ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੀ ਦੋ ਡੰਡੀਆਂ ਲੱਗੀਆਂ ਹੋਈਆਂ ਫਿਰ ਬਾਅਦ ਚ ਅੰਗਰੇਜ਼ ਆ ਗਏ ਅੰਗਰੇਜ਼ਾਂ ਨੇ ਫਿਰ ਬਈ ਆਪਣੇ ਵਿਰਾਮ ਚਿੰਨ੍ਹ ਚਾਲੂ ਕਰਤੇ ਕਿਤੇ ਕੋਮਾ ਲਾਉਣ ਲੱਗ ਗਏ ਕਿਤੇ ਪੂਰਨ ਵਿਰਾਮ ਵਿਸ਼ਮਕ ਚਿੰਨ੍ਹ ਯੇ ਵੋ ਵਿਸ਼ਰਾਮ ਚਿੰਨ੍ਹਾਂ ਬਾਰੇ ਪੂਰੀ ਜਾਣਕਾਰੀ ਲੈਣੀ ਤਾਂ ਵਿਸ਼ਰਾਮ ਚਿੰਨ੍ਹ ਵਾਲਾ ਜਿਹੜਾ ਆਪਾਂ ਵੀਡੀਓ ਬਣਾਇਆ ਤੁਸੀਂ ਉੱਥੇ ਦੇਖ ਸਕਦੇ ਹੋ ਕਿਉਂਕਿ ਆਪਾਂ ਭਾਵੇਂ ਸੈਕੰਡ ਗ੍ਰੇਡ ਹੈ ਲੈਕਚਰਾਰ ਹੈ ਜਾਂ ਪੰਜਾਬ ਮਾਸਟਰ ਕਾਡਰ ਹੈ ਜਾਂ ਨੈੱਟ ਹੈ ਉਹਨਾਂ ਦੇ ਸਾਰੇ ਸਾਰੇ ਵੀਡੀਓ ਬਣਾ ਰੱਖੇ ਹੈ ਤੁਸੀਂ ਆਪਣੇ ਯੂਟਿਊਬ ਚੈਨਲ ਦੇ ਉੱਤੇ ਆ ਵੇਖ ਸਕਦੇ ਹੋ ਭਾਈ ਤੇ ਹੁਣ ਅੱਗੇ ਗੱਲ ਕਰੀਏ ਕਿਵੇਂ ਡੰਡੀ ਦੋ ਡੰਡੀਆਂ ਦੀ ਜਿਹੜੀ ਪੁਰਾਤਨ ਸਮੇਂ 'ਚ ਵਰਤੋਂ ਹੁੰਦੀ ਸੀ ਔਰ ਕਿਵੇਂ ਫਿਰ ਇੰਨੇ ਵਿਸ਼ਰਾਮ ਸੀ ਅੰਗਰੇਜ਼ਾਂ ਦੇ ਆਉਣ ਨਾਲ ਵਰਤੀ ਜਾਣ ਲੱਗੇ ਭਾਈ 19ਵੀਂ ਸਦੀ 'ਚ ਅੰਗਰੇਜ਼ੀ ਸਾਹਿਤ ਦੇ ਪ੍ਰਭਾਵ ਅਧੀਨ ਅੰਗਰੇਜ਼ੀ ਵਾਲੇ ਸਾਰੇ ਵਿਸ਼ਰਾਮ ਚਿੰਨ੍ਹ ਜਿਹੜੇ ਉਹ ਆਪਾਂ ਅਪਣਾ ਲਏ ਹੋਰ ਫਾਰਸੀ ਧੁਨੀਆਂ ਜਿਹੜੀਆਂ ਫਾਰਸੀ ਧੁਨੀਆਂ ਸੀ 35 ਅੱਖਰਾਂ ਤੋਂ ਬਾਅਦ ਜਿਹੜੀ ਅਖੀਰਲੀ ਲੈਣ ਹੈ ਬਈ ਠੀਕ ਹੈ ਔਰ ਉਹਦੇ 'ਚ ਪੈਰਾ ਬਿੰਦੀ ਲਾ ਕੇ ਸ਼ਾਮਿਲ ਕੀਤੇ ਗਏ ਕਿਉਂਕਿ ਫਾਰਸੀ ਧੁਨੀਆਂ ਦਾ ਪ੍ਰਭਾਵ ਸੀ ਇਹਨੂੰ ਪੈਰਾ ਬਿੰਦੀ ਲਾ ਕੇ ਇਹ ਸ਼ਾਮਿਲ ਕਰਤਾ ਬਈ ਇਹ ਅੱਖਰ ਸ਼ਾਮਿਲ ਕੀਤੇ ਗਏ ਸ਼ ਖ ਗ ਸ ਫ ਜਿਹੜੇ ਅਖੀਰਲੀ ਲੈਣ ਵਾਲੇ ਅੱਖਰ ਹੈ ਇਹ ਸ਼ਾਮਿਲ ਕੀਤੇ ਗਏ ਫਿਰ ਅਲਾ ਵੀ ਸ਼ਾਮਿਲ ਕਰ ਲਿਆ ਦੇਖੋ 35 ਅੱਖਰ ਤਾਂ ਉਹ ਗੁਰੂਆਂ ਦੇ ਟਾਈਮ ਕੀ ਸੀ 35 ਅੱਖਰ ਸੀ ਫਿਰ ਦੁਬਾਰਾ ਕੀ ਕਹਿੰਦੇ 6 ਅੱਖਰ ਹੋਰ ਸ਼ਾਮਿਲ ਕਰ ਲਏ 41 ਹੋ ਗਏ ਫਿਰ ਅਲਾ ਅੱਖਰ ਸੀ ਜਿਹੜਾ ਆਹ ਵਾਲਾ ਬਈ ਆਹ ਮਾਲਵੇ 'ਚ ਜ਼ਿਆਦਾ ਵਰਤਿਆ ਜਾਂਦਾ ਬਈ ਕਿਉਂਕਿ ਜਿਹੜੀ ਪਾਕਿਸਤਾਨ ਪੰਜਾਬ ਹੈ ਉਹਦੇ ਵਿੱਚ ਇਹਦੀ ਵਰਤੋਂ ਨਹੀਂ ਹੈ ਗੁਰਬਾਣੀ ਦੇ ਅੰਦਰ ਵੀ ਕੀ ਕਹਿੰਦੇ ਹੈ ਕਿ ਅਲਾ ਦੀ ਵਰਤੋਂ ਨਹੀਂ ਹੈ ਕਿਉਂਕਿ ਗੁਰੂ ਸਾਹਿਬਾਂ ਨੇ ਤਾਂ 35 ਅੱਖਰ ਹੀ ਦਿੱਤੇ ਹੈ ਨਾ ਉਹਦੇ ਵਿੱਚ ਕਿੱਥੇ ਆ ਤਾਂ ਅਖੀਰਲੀ ਲੈਣ ਦੇ ਵਿੱਚ ਗੁਰੂ ਸਾਹਿਬਾਂ ਤੋਂ ਬਾਅਦ ਚੋਂ ਚਾਇਆ ਤੇ ਇਹ ਕਿ ਮਾਲਵੇ 'ਚ ਬਹੁਤ ਜ਼ਿਆਦਾ ਵਰਤਿਆ ਜਾਂਦਾ ਬਈ ਖਾਲਾ ਪਾਲਾ ਵੈਸੇ ਹੋਰ ਦੇਖੀ ਤਾਂ ਖਾਲਾ ਪਾਲਾ ਐਵੇਂ ਕਰਕੇ ਬੋਲਦੇ ਹੈ ਮੇਰੀ ਮਾਂ ਬੋਲੀ ਵਿੱਚ ਐਵੇਂ ਬੋਲਦੇ ਹੈ ਤਾਂ ਉਹ ਇੱਕ ਵੱਖਰੀ ਗੱਲ ਹੈ ਭਾਈ ਹਰ ਇੱਕ ਬੋਲੀ ਪਿਆਰੀ ਹੈ ਤਾਂ ਇਸ ਦੀ ਵਰਤੋਂ ਵਿਹਾਰ ਦੇ ਅੰਦਰ ਜਦੋਂ ਇਸ ਅੱਖਰ ਆਹ ਅੱਖਰ ਹੈ ਵਰਤੋਂ ਜ਼ਿਆਦਾ ਆਉਣ ਲੱਗ ਗਿਆ ਤਾਂ ਇਸ ਨੂੰ ਜਿਹੜੀ ਪਟਿਆਲਾ ਯੂਨੀਵਰਸਿਟੀ ਦੇ ਭਾਸ਼ਾ ਵਿਭਾਗ ਹੈ ਉਹ ਹੋਂਦ ਵਿੱਚ ਲੈ ਕੇ ਆਏ ਹੈ ਪਟਿਆਲਾ ਯੂਨੀਵਰਸਿਟੀ ਦਾ ਭਾਸ਼ਾ ਵਿਭਾਗ ਉਸਨੇ ਅੱਖਰਾਂ ਦੀ ਗਿਣਤੀ ਫਿਰ 40 ਦੀ ਥਾਂ 35 ਗੁਰੂ ਸਾਹਿਬ ਦੇ ਟਾਈਮ ਫਿਰ 40 ਹੋ ਗਏ ਫਿਰ ਇੱਕ ਹੋਰ ਜੁੜ ਗਿਆ ਹੁਣ ਹੋ ਗਏ ਜੀ 41 ਇਸ ਸਮੇਂ ਕਿੰਨੇ ਹੈ 41 ਅੱਖਰ ਹੈ ਇਹ ਜਿਹੜਾ ਹੈ ਦੂਜੇ ਪੜਾਅ ਦੇ ਅੰਦਰ ਜਿਹੜਾ ਹੁਣ ਇਹ ਪੜਾਅ 19ਵੀਂ ਸਦੀ ਤੋਂ ਬਾਅਦ ਚ ਹੋਇਆ ਬਈ ਉਹ ਪਹਿਲੇ ਪੜਾਅ ਦੇ ਅੰਦਰ ਗੁਰਮੁਖੀ ਵਾਲੀ 35 ਅੱਖਰ ਉਹਨਾਂ ਦੀ ਗੱਲ ਕੀਤੀ ਸ਼ੁਰੂ ਤੋਂ ਲੈ ਕੇ ਕਹੇ ਬਣੇ ਔਰ ਦੂਜੇ ਪੜਾਅ ਦੇ ਅੰਦਰ ਹੋਰ ਅੱਖਰ ਜੁੜੇ ਉਹਨਾਂ ਦੀ ਗੱਲ ਕੀਤੀ ਹੁਣ ਹਰਕੀਰਤ ਸਿੰਘ ਦਾ ਇੱਕ ਵਿਚਾਰ ਹੈ ਬਈ ਉਸ ਨੂੰ ਵੀ ਆਪਾਂ ਥੋੜਾ ਧਿਆਨ ਚ ਰੱਖ ਲਈਏ ਹਰਕੀਰਤ ਸਿੰਘ ਜੀ ਨੇ ਕੀ ਕਿਹਾ ਹਰਕੀਰਤ ਸਿੰਘ ਜੀ ਕਹਿੰਦੇ ਹੈ ਕਿ ਕਿਹੜਾ ਅੱਖਰ ਕਦੋਂ ਆਇਆ ਕਦੋਂ ਦਾ ਹੈ ਉਸਦੇ ਬਾਰੇ ਆਪਾਂ ਵੇਖ ਲਈਏ ਬਈ ਜਿਹੜਾ ਅੱਖਰ ਹੈ ਇਹ ਕਹਿੰਦੇ 8ਵੀਂ ਸਦੀ ਹੈ ਜਿਹੜੀ 8ਵੀਂ ਸਦੀ ਦੇ ਵਿੱਚ ਆਇਆ ਹੈ ਬਈ ਹੋਰ ਜਿਹੜਾ ਬੱਬਾ ਅੱਖਰ ਹੈ ਇਹ 9ਵੀਂ 10ਵੀਂ ਸਦੀ ਐੜਾ ਅੱਖਰ ਹੈ ਜਿਹੜਾ ਉਹ ਹੈ 10ਵੀਂ 11ਵੀਂ ਸਦੀ ਬਈ ਹੋਰ ਸੱਸਾ ਅੱਖਰ ਹੈ ਜਿਹੜਾ ਉਹ 12ਵੀਂ 13ਵੀਂ ਸਦੀ ਚ ਮੌਜੂਦ ਸੀ
ਇਸ ਸਮੇਂ ਮੌਜੂਦ ਸੀ ਬਈ ਯਾਨੀ ਇਹ ਉਹ ਮੌਜੂਦਾ ਸ਼ਕਲਾਂ ਹਜੇ ਵੀ ਆਪਾਂ ਵਰਤ ਰਹੇ ਹਾਂ ਇਹਨਾਂ ਦੀ ਮੌਜੂਦਾ ਸ਼ਕਲਾਂ ਨੂੰ ਆਪਾਂ ਵਰਤ ਰਹੇ ਹਾਂ ਰਿਵੀਜ਼ਨ ਨਹੀਂ ਕਰਾਵਾਂਗੇ ਬਈ ਬੈਕ ਕਰਕੇ ਵੇਖ ਲਿਓ ਹਣੈ ਨੈ ਤੇ ਬੈ ਪੁਰਾਣੀਆਂ ਸ਼ਕਲਾਂ ਜਿਹੜਾ ਆ ਹਣੈ ਨੈ ਬੈ ਇਹ ਕੀ ਹੈ ਪੁਰਾਣੀਆਂ ਸ਼ਕਲਾਂ ਬਈ ਗੁਰਮੁਖੀ ਚ ਜਿਹੜਾ ਹੈ ਟਾਕਰੀ ਦਾ ਹੈ ਪਾਸਾ ਵਰਤ ਕੇ ਗੁਰਮੁਖੀ ਚ ਐਵੇਂ ਆ ਗਿਆ ਬਈ ਪਾਸਾ ਫੋਰ ਤਾਂ ਜਾਂਦਾ ਪਾਸਾ ਫੋਰ ਕੇ ਇਸ ਪਾਸੇ ਆ ਗਿਆ ਤੇ ਇਹ ਅੱਖਰਾਂ ਦੇ ਨਾਮ ਹੈ ਜਿਹੜੇ ਉਹ ਵੀ ਪੁਰਾਣੇ ਨੇ ਹੁਣ ਆਪਾਂ ਕੀ ਕਰਦੇ ਹਾਂ ਕਿ ਟਾਕਰਾ ਕਰਕੇ ਵੇਖਦੇ ਹਾਂ ਬਈ ਗੁਰਮੁਖੀ ਦਾ ਨਾਗਰੀ ਨਾਲ ਟਾਕਰਾ ਕਰਦੇ ਹਾਂ ਬਈ ਦੇਵਨਾਗਰੀ ਨਾਲ ਕੀ ਟਾਕਰਾ ਹਿੰਦੀ ਨਾਲ ਟਾਕਰਾ ਕਰਕੇ ਵੇਖਾਂਗੇ ਆਪਾਂ ਫਿਰ ਹੀ ਆਪਾਂ ਨੂੰ ਪਤਾ ਲੱਗੇਗਾ ਬਈ ਗੁਰਮੁਖੀ ਦਾ ਨਾਗਰੀ ਨਾਲ ਟਾਕਰਾ ਬਈ ਗੁਰਮੁਖੀ ਦਾ ਨਾਗਰੀ ਨਾਲ ਟਾਕਰਾ ਇਸ ਵਿੱਚ ਕੀ ਹੈ ਸਾਂਝੇ ਅੱਖਰ ਕਈ ਅੱਖਰ ਕੀ ਹੈ ਸਾਂਝੇ ਹੈ ਬਈ ਆ ਰਹੇ ਉਹਨਾਂ ਨੂੰ ਆਪਾਂ ਧਿਆਨ ਰੱਖਣਾ ਹੈ ਸਾਂਝੇ ਜਿਹੜੇ ਸੇਮ ਟੂ ਸੇਮ ਹੀ ਹੈ ਬਈ ਜਿਵੇਂ ਟੈਗ ਹੈ ਹਿੰਦੀ ਚ ਵੀ ਹੈ ਦੇਵਨਾਗਰੀ ਚ ਵੀ ਹੈ ਔਰ ਪੰਜਾਬੀ ਚ ਵੀ ਹੈ ਔਰ ਠੈ ਅੱਖਰ ਹੈ ਜਿਹੜਾ ਇਹ ਵੀ ਕੀ ਹੈ ਦੇਵਨਾਗਰੀ ਚ ਹੈ ਪੰਜਾਬੀ ਚ ਵੀ ਹੈ ਔਰ ਕੁਝ ਅੱਖਰ ਮਿਲਦੇ ਹੈ ਬਈ ਕੁਝ ਅੱਖਰ ਮਿਲਦੇ ਨੇ ਬਈ ਅੱਖਰ ਮਿਲਦੇ ਹੈ ਉਹ ਕਿਹੜੇ ਕਿਹੜੇ ਹੈ ਗੈ ਜੈ ਖੈ ਡੈ ਊ ਆ ਅੱਖਰ ਕੀ ਹੈ ਮਿਲਦੇ ਹੈ ਬਈ ਗਜ ਖਾਉਡ ਯਾਦ ਕਰ ਲਿਓ ਬਈ ਇਸ ਨੂੰ ਇਸ ਤਰਤੀਬ ਚ ਲਿਖਿਆ ਗਜ ਖਾਉਡ ਗਜ ਖਾਉਡ ਕੈ ਜੈ ਖੈ ਊ ਡੈ ਇਹ ਕੀ ਹੈ ਅੱਖਰ ਮਿਲਦੇ ਹੈ ਹੋਰ ਆ ਤਾਂ ਦੋ ਅੱਖਰ ਹੋ ਗਏ ਜਿਹੜੇ ਸਾਂਝੇ ਹੈ ਪੰਜ ਅੱਖਰ ਕੀ ਹੈ ਕਿ ਪੰਜ ਅੱਖਰ ਮਿਲਦੇ ਆ ਬਈ ਹੋਰ ਕੁਝ ਕੁਝ ਮਿਲਦੇ ਆ ਬਈ ਜਿਹੜੇ ਕੁਝ ਕੁਝ ਮਿਲਦੇ ਉਹਨਾਂ ਦੀ ਗੱਲ ਕਰ ਲਈਏ ਬਈ ਇਹ ਅੱਖਰ ਕੀ ਹੈ ਕੁਝ ਕੁਝ ਮਿਲਦੇ ਹੈ ਸਾਰੇ ਨਹੀਂ ਮਿਲਦੇ ਬਈ ਕੁਝ ਕੁਝ ਮਿਲਦੇ ਆ ਜਿਹੜੇ ਉਹ 14 ਹੈ ਬਈ ਹੁਣ ਇਹਨਾਂ ਵਿੱਚ ਕੀ ਹੈ ਚੱਜਾ ਔਰ ਕੱਕਾ ਫਿਰ ਹੈ ਜੀ ਘੱਗਾ ਆਪਾਂ ਲਿਖਤਾ ਹੀ ਕੀ ਕਹਿੰਦੇ ਆ ਉਸੀ ਤਰਤੀਬ ਚ ਲਿਖਿਆ ਤਾਂ ਕਿ ਆਪਾਂ ਨੂੰ ਯਾਦ ਸੌਖਾ ਹੋ ਜੇ ਠੀਕ ਹੈ ਜੀ ਇੱਥੇ ਚੱਜਾ ਨਹੀਂ ਹੈ ਬਈ ਇੱਥੇ ਈੜੀ ਹੈ ਬਈ ਈੜੀ ਮਿਲਦਾ ਚੱਜਾ ਥੋੜਾ ਅਲੱਗ ਹੈ ਬਈ ਕੁਝ ਕੁਝ ਮਿਲਦਾ ਜਿਹੜਾ ਈੜੀ ਕੱਕਾ ਖੱਖਾ ਗੰਗਾ ਚੱਚਾ ਛੱਛਾ ਚਿਆੜੀ ਲੈਣ ਚ ਦੋ ਹੈ ਬਈ ਚੱਚਾ ਛੱਛਾ ਔਰ ਫਿਰ ਥੱਥਾ ਦੱਦਾ ਧੱਦਾ ਥੱਥਾ ਦੱਦਾ ਧੱਦਾ ਮੈਂ ਫਿਰ ਮੰਮਾ ਯਹੀ ਆ ਰਾਰਾ ਸੱਸਾ ਤੇ ਐੜਾ ਇਹ ਅੱਖਰ ਨੇ ਬਈ ਕੁਝ ਕੁਝ ਮਿਲਦੇ ਹੈ ਕੁਝ ਕੁਝ ਮਿਲਦੇ ਆ ਬਸ ਜਿਵੇਂ ਆਹ ਦੇਖੋ ਹਿੰਦੀ ਵਾਲੀ ਈੜੀ ਐਵੇਂ ਹੈ ਬਈ ਹਿੰਦੀ ਵਾਲੀ ਈੜੀ ਕੀ ਹੈ ਐਵੇਂ ਹੈਗੀ ਹੈ ਤੇ ਆਪਣੇ ਵਾਲੀ ਐਵੇਂ ਹੈ ਆਹ ਕਹਿ ਹੈ ਜਿਹੜਾ ਇਹਨਾਂ ਦਾ ਐਵੇਂ ਹੈ ਬਈ ਕਈ ਐਵੇਂ ਵੀ ਬਣਾ ਦਿੰਦੇ ਹੋਣੇ ਦੇਖਿਆ ਹੋਣਾ ਤੁਸੀਂ ਇਸ ਤਰੀਕੇ ਨਾਲ ਇਹ ਕੁਝ ਮਿਲਦਾ ਹੈ ਬਈ ਘੱਗਾ ਹੈ ਜਿਹੜਾ ਘੜੀ ਵਾਲਾ ਕੁਛ ਮਿਲਦਾ ਹੈ ਫਿਰ ਆਹ ਹੈ ਕੁਛ ਮਿਲਦਾ ਹੈ ਬਈ ਗੰਗਾ ਹੈ ਜਿਹੜਾ ਇਹ ਵੀ ਕੁਛ ਮਿਲਦਾ ਹੈ ਐਵੇਂ ਕਰਕੇ ਉਹਨਾਂ ਦਾ ਐਵੇਂ ਲਿਖਿਆ ਹੁੰਦਾ ਹੈ ਬਈ ਇਹ ਵੀ ਕੁਛ ਮਿਲਦਾ ਹੈ ਫਿਰ ਆਹ ਚਹਿ ਹੈਗਾ ਜਿਹੜਾ ਇਹ ਆ ਐਵੇਂ ਹੈਗਾ ਆਪਣੇ ਵਾਲਾ ਜਿਹੜਾ ਆਹ ਪੱਚਰ ਹੈ ਆਹ ਇੱਧਰ ਕਰਕੇ ਐਂ ਹੋਊਗੀ ਬਈ ਛੈ ਛਤਰੀ ਵਾਲਾ ਐਂ ਹੈਗਾ ਉਹਨਾਂ ਦਾ ਤੇ ਕੁਛ ਮਿਲਦਾ ਮਿਲਦਾ ਕਿਵੇਂ ਆ ਦੇਖੋ ਇਹ ਐਂ ਮਿਲ ਗਿਆ ਇਹ ਆਲੂ ਜੇ ਆਪਾਂ ਐਂ ਕਰ ਦਈਏ ਥੋੜਾ ਜਿਹਾ ਇਹ ਐਵੇਂ ਕੁਛ ਬਣ ਜੂਗਾ ਖੈ ਕੀ ਹੈ ਇਹ ਆ ਦੇਖੋ ਉਹਨਾਂ ਦਾ ਇਹ ਐਂ ਕਰਕੇ ਐਂ ਹੈਗਾ ਖੈ ਹਿੰਦੀ ਵਾਲਿਆਂ ਦਾ ਹੁਣ ਮੈਂ ਸਾਫ਼ ਬਣਾਵਾਂ ਤਾਂ ਐਵੇਂ ਹੋ ਜੂਗਾ ਬਈ ਡੈ ਹੈਗਾ ਜਿਹੜਾ ਆ ਦੇਖੋ ਇਹ ਆਪਣਾ ਲਗਭਗ ਐਂ ਐਂ ਜੇ ਮਿਲਦਾ ਉੱਥੇ ਐ ਹੋ ਗਿਆ ਯਹ ਹੈਗਾ ਜਿਹੜਾ ਜਿਹੜਾ ਆ ਤੈ ਹੈਗਾ ਧੱਦਾ ਉਹ ਵੀ ਉਹਦੇ ਨਾਲ ਕੁਝ ਕੁਝ ਮਿਲਦਾ ਹੈ ਫਿਰ ਆਹ ਦੇਖੋ ਸਹਿ ਹੈਗਾ ਭਾਈ ਜੇ ਸਹਿ ਹਿੰਦੀ ਵਾਲਾ ਇਹ ਐਂ ਕਰਕੇ ਐਂ ਹੈਗਾ ਮੈਂ ਹੈਗਾ ਜਿਹੜਾ ਮੈਂ ਸੱਚ ਮੈਂ ਆ ਰਿਹਾ ਮੈਂ ਆ ਦੇਖੋ ਆ ਮੈਂ ਜਿਹੜਾ ਉਹਨਾਂ ਦਾ ਐਵੇਂ ਆਉਣ ਇਹ ਧਿਆਨ ਰੱਖਣਾ ਹੈ ਕੁਝ ਕੁਝ ਮਿਲਦੇ ਚ ਰੱਖਿਆ ਗਿਆ ਕਿਉਂਕਿ ਹਿੰਦੀ ਦਾ ਜਿਹੜਾ ਮੈਂ ਉਹ ਤਾਂ ਐਵੇਂ ਹੈ ਔਰ ਪੰਜਾਬੀ ਵਾਲਾ ਜਿਹੜਾ ਉਹ ਐਵੇਂ ਹੈ ਭਾਈ ਆਹ ਦੇਖੋ
इस नु ध्यान रखियो कि विच मिला दो, पंजाबी दा मैं एवें हिंदी दा एवें, मतलब कुछ कुछ मिलता है। ठीक है फिर अगे गल करिए यह दी, तां उन्हां दा जी यह है जिहड़ा एवें है भी आ रहा यह कुछ मिलता है, जो थोड़ा ए कर दी तां ए हो जाऊगा। रह आ देखो अगलिया का रह आ गया, रह एवें कर दिए तो रह हो गया भी। सह है जिहड़ा आ देखो ये एवें एवें सह है उनका, तो आ देखो थोड़ा एवें एवें कर लो तो थोड़ा मिल रहा है बी। एन आर कई ए लिखते होने हैं बी एन आर न, ठीक है ये भी कुछ कुछ मिलता है, कुछ कुछ मिलने के कारण तुम अपने हिसाब अखर नहीं फोड़ने। इस तरीके आप वेख रहे हैं कि जे अखर है जेड़े वह कुछ कुछ मिलते हैं भाई, जैसे कि हो गया ईड़ी हो गया, कक्का हो गया, घग्गा हो गया, गंगा हो गया, चच्चा हो गया, छच्छा हो गया, थत्था हो गया, दद्दा हो गया, तद्दा हो गया, और मम्मा यैया ररा सस्सा ते ऐड़ा, ये कुछ कुछ मिलते हैं। और जेड़े बिल्कुल भी नहीं मिलते भाई, बिल्कुल भी नहीं मिलते, मिलते नहीं, उन्हां दी हुण आपां गल कर लैणे जिहड़े मिलदे नहीं। हुण जिहड़े बच गए ओह नहीं मिलदे, ते उहदे विच की है किहड़ा बच गया बई, आ देखो एक तां आ बच गया बई झज्जा, ये नहीं मिलता उन्हां झंडा एवें है बई, कित्थे मिल रहा मिल ही नहीं रहा, बहुत फर्क हैगा। ठीक है और आ रहा बई उन्हां दा बई एवें हैगा, देखो मिल ही नहीं रहा बई। डड्डा अपना डड्डा एवें है बई, और उन्हां दा की कहिंदे एवें टक्कण है, नहीं मिल रहा भाई। ठीक है अणह जिहड़ा आ रहा वह अणह हिंदी वाला एवें है भाई, देखो मिल ही नहीं रहा। अणह है जिहड़ा नहीं मिल रहा। तय उन्हां दा तय एवें है, नहीं मिल रहा जी। तद्दा आ अपना तद्दा है, और उन्हां दा तद्दा तनुष वाला जिहड़ा वह ए करके आया तनुष वाला तद्दा, कित्थे मिल रहा नहीं मिल रहा भाई। नन्ना अपना नै एवें है, उन्हां दा नै भाई एवें है, नन्ना है जिहड़ा नहीं मिल रहा। फफा आलू जी अपना फै एवें है, और उन्हों का हिंदी वाला जो फै है वह एवें है भी, हिंदी वाला फै है जोड़ा वो नहीं मिल रहा। बब्बा आ बै अपना गुरमुखी का एवें है, और जोड़ा देवनागरी का वह बै एवें है, नहीं मिल रहा। पब्बा गुरमुखी का पब्बा एवें है, उन्हों का पब्बा एवें है भाई, बहुत फर्क है, नहीं मिल रहा भाई। लै है गया जोड़ा गुरमुखी का एवें है, और उन्हों का एवें है भाई, नहीं मिल रहा। अड़ै है जेड़ा अड़ै है गुरमुखी का एवें है, और देवनागरी का अड़ै है जो एवें है, ये भी नहीं मिल रहा भाई। है जेड़ा है गुरमुखी का एवें है, और उन्हों का है एवें है, जो गुरमुखी चा वह है भाई, कितने मिल रहा, बिल्कुल भी नहीं मिल रहा। ठीक है फिर जेड़ा वह है आ वह गुरमुखी च वह, मैं सही बना दा ये आ बड़ा है और यह छोटा है, जो बनाओ तो उन्हों का वह है जरा उन्हों का की अपना है, वह भी अपना ही है। देवनागरी दे विच की है वह एवें बनता, इन एवं बनता है। तो आप वेख रहे हैं जे अखर है इन्होंने काफी फर्क है, जैसे चज्जा हो गया, नन्ना हो गया, डड्डा हो गया, अणह हो गया, तय हो गया बई, तद्दा हो गया, नन्ना, फफा, बब्बा, पब्बा, लल्ला, और फिर रै है वह। ठीक है जी ये नहीं मिल रहे। ये हुण की है कि मैं तुहानू चंगी तरह दसता है बई, तुसीं जदों टाकरी करके वेखोगे, टाकरा करके वेखोगे तो यह ध्यान रख लियो। वैसे तुसीं की करना है कि जिहड़े आ अखर है आपां नूं पता ही लग रहा बई मिल रहे है, टै ठै बिल्कुल दे बिल्कुल सेम टू सेम मिलते पे, और आ अखर की है कुछ कुछ मिल रहे है बई, अखर मिलते जुलते हैं, क्योंकि जिहड़ा अपना गै है जिहड़ा अपना की गुरमुखी का गै है वह इस तरीके का, और उन्हां दा गै है जिहड़ा वह भी इन्हें मिलता जुलता। जय देखो जय भी मिल रहे हैं भाई, ए करके उन्होंने थोड़ा ए करता, तो अपने देवनागरी का ए करता तो ए हो गया, आ खै हो गया भाई, ठीक है थै हो गया जेड़ा, यह की है कि काफ़ी मिलते जुलते नहीं भाई, ता करके इसके अंदर रखे गए हैं। ते हुण आपां अगे गल करते हैं गुरमुखी ते टाकरी दे टाकरा पई, ये तो गुरमुखी ते देवनागरी दे टाकरा सीगा पई, हुण है गुरमुखी ते टाकरी दे टाकरा। इहनूं जे दुबारा देखना होवे तां भई पिछे करके तुसीं दुबारा वेख लिओ आराम नाल भई। हुण जिहड़ी टाकरी कोई इहनां नाल काफ़ी मिलदी है भई, तां करके हुण टाकरी नाल आपां टाकरा करदे हां।
ਤੇ ਇਸ ਵਿੱਚ ਕੀ ਹੈ ਜਿਹੜੇ ਸਾਂਝੇ ਅੱਖਰ ਹੈ 15 ਅੱਖਰ ਹੈ ਜਿਹੜੇ ਉਹ ਸਾਂਝੇ ਹੈ ਭਾਈ। 15 ਅੱਖਰ ਕੀ ਹੈ? ਬਿਲਕੁਲ ਸਾਂਝੇ ਹੈ, ਉਹਨਾਂ ਬਾਰੇ ਆਪਾਂ ਗੱਲ ਕਰ ਲਈਏ। ਸਾਂਝੇ ਅੱਖਰ 15, 15 ਅੱਖਰ ਸਾਂਝੇ ਹੈ। ਉਸ ਵਿੱਚ ਦੇਖੋ ਬਈ, ਊੜਾ ਹੈ, ਖੱਖਾ, ਗੱਗਾ, ਘੱਗਾ, ਟੈਠ ਹੈ। ਇਸਨੂੰ ਵੈਸੇ ਤੁਸੀਂ ਅਗਰ ਥੋੜਾ ਤਰਤੀਬ ਨਾਲ ਲਿਖ ਲਓ ਤਾਂ ਯਾਦ ਰਹਿ ਜੂਗਾ ਬਈ। ਮੈਂ ਉਹ ਤਰੀਕਾ ਦੱਸ ਦਿੰਦਾ ਬਈ, ਮੈਂ ਜਦੋਂ ਯਾਦ ਕੀਤਾ ਸੀ ਤਾਂ ਇਸ ਤਰੀਕੇ ਨਾਲ ਯਾਦ ਕੀਤਾ ਸੀ। ਊੜਾ, ਫਿਰ ਇੱਥੇ 3 ਛੱਡਤੇ ਬਈ, ਹੈ ਆ ਗਿਆ, ਹੈ ਆ ਗਿਆ। ਫਿਰ ਅਗਲੀ ਲਾਈਨ ਵਿੱਚ ਆਪਾਂ ਕਹਿ ਛੱਡਤਾ ਬਈ, ਖੱਖਾ, ਗੱਗਾ ਤੇ ਘੱਗਾ ਬਈ, ਇਹ ਦੋ ਛੱਡਤੇ ਪਹਿਲੀ ਲਾਈਨ ਚ, ਪਹਿਲਾ ਔਰ ਅਖੀਰਲਾ ਸੀਗਾ, ਤੇ ਦੂਜੀ ਲਾਈਨ ਚ ਆ ਜਿਹੜੇ 3 ਹੈ ਉਹ ਵਿਚਾਲੇ ਆ ਗਏ। ਫਿਰ ਫਿਰ ਇੱਥੋਂ ਟੈਂਕਾ, ਠੱਠਾ ਤੇ ਡੱਡਾ, ਫਿਰ ਆ ਪਹਿਲੇ 3 ਹੈਗੇ ਆ ਬਈ, ਫਿਰ ਤੱਤਾ, ਥੱਥਾ, ਤੱਤਾ ਆ ਗਿਆ, ਥੱਥਾ ਆ ਗਿਆ, ਫਿਰ ਪੈਫ, ਪੱਪਾ ਤੇ ਫੱਫਾ ਆ ਗਿਆ ਬਈ, ਪੱਪਾ ਫੱਫਾ, ਪੱਪਾ ਫੱਫਾ, ਬੱਬਾ ਭੱਬਾ, ਕੀ ਆ ਗਿਆ? ਔਰ ਫਿਰ ਰਵ ਬਈ, ਰਹਿ ਤੇ ਵੈ, ਦੋ ਅੱਖਰ ਯਾਦ ਕਰ ਲਿਓ ਬਈ, ਰਹਿ ਤੇ ਵੈ। ਇਸ ਤਰੀਕੇ ਨਾਲ ਕੀ ਹੈ ਕਿ ਸੈਟਿੰਗ ਕੀਤੀ ਸੀ ਯਾਦ ਕਰਦੇ ਟਾਈਮ। ਇਹ ਪਿਕਚਰ ਜੀ ਤੁਸੀਂ ਖਿੱਚ ਲੈਣੀ ਹੈ ਫੋਟੋ ਆਪਣੇ ਦਿਮਾਗ ਦੇ ਅੰਦਰ, ਤਾਂ ਉਸ ਨਾਲ ਆਪਾਂ ਨੂੰ ਥੋੜਾ ਜਿਹਾ ਧਿਆਨ ਰਹੂਗਾ। ਜਿਵੇਂ ਊੜਾ ਹੈ, ਫਿਰ 3 ਛੱਡਤੇ ਹੈ ਆ ਗਏ, ਫਿਰ ਆ 3 ਥੱਲੇ ਲਿਖਤੇ ਬਈ, ਖੱਖਾ, ਗੱਗਾ, ਘੱਗਾ, ਫਿਰ ਆ ਪਹਿਲੇ 3, ਫਿਰ 2, ਫਿਰ 2, ਇਸ ਤਰੀਕੇ ਨਾਲ ਇਹ ਆ ਚੱਲ ਰਹੇ ਆ ਬਈ। ਤੇ ਆ ਨਾ ਵੀ ਧਿਆਨ ਰਿਹਾ ਤਾਂ ਫਿਰ ਵੀ ਤੁਹਾਨੂੰ ਧਿਆਨ ਰਹਿ ਜੂਗਾ, ਇਹ ਦੋ ਦੋ ਦਾ ਜੋੜਾ ਸੀ ਬਈ, ਠੀਕ ਹੈ। ਆ ਯਾਦ ਕਰ ਲਿਓ, ਭਰਵ, ਭਰਵ ਹੈ ਜੋ ਤੁਸੀਂ ਯਾਦ ਕਰ ਲੈਣਾ ਬਈ, ਇਸ ਅੱਖਰ ਨੂੰ ਇੱਕ ਅੱਖਰ ਬਣਾ ਲਿਓ, ਭਰਵ। ਤੇ ਇਸ ਨਾਲ ਕੀ ਹੈ, 15 ਦੇ 15 ਜਿਹੜੇ ਸਾਂਝੇ ਉਹ ਤੁਹਾਨੂੰ ਯਾਦ ਰਹਿ ਜਾਣਗੇ ਬਈ, ਠੀਕ ਹੈ। ਫਿਰ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਮਿਲਦੇ ਜੁਲਦੇ ਅੱਖਰ ਹੈ ਜਿਹੜੇ, ਕਿਹੜੇ ਅੱਖਰ ਹੈ? ਮਿਲਦੇ ਜੁਲਦੇ ਨੇ, ਟਾਕਰੀ ਦੇ ਮਿਲਦੇ ਜੁਲਦੇ ਅੱਖਰ। ਇਹਦਾ ਵੀ ਆਪਾਂ ਇੱਕ ਸੂਤਰ ਬਣਾਇਆ ਹੋਇਆ ਵੀ, ਚੱਡਲ ਦੁੱਧ, ਚੱਡਲ ਦੁੱਧ, ਚੱਚਾ, ਟੱਡਾ, ਲੱਲਾ, ਦੱਦਾ, ਹੋਰ ਤੱਦਾ। ਹਲੋ ਬਈ, ਇਸਨੂੰ ਇਸੀ ਸੀਰੀਜ਼ ਚ ਲਿਖਿਆ, ਤੁਸੀਂ ਇਸੀ ਸੀਰੀਜ਼ ਯਾਦ ਕਰ ਲਓ, ਚੱਡਲ ਦੁੱਧ ਯਾਦ ਕਰ ਲਿਓ, ਫਿਰ ਤੁਹਾਨੂੰ ਯਾਦ ਰਹਿ ਜਾਏਗਾ। ਵਰਨਾ ਵੈਸੇ ਯਾਦ ਕਰ ਲਿਓ ਕੋਈ ਨੀ, ਚੱਚਾ, ਢੱਡਾ, ਲੱਲਾ, ਦੱਦਾ ਤੇ ਧੱਦਾ, ਇਹ ਕੀ ਹੈ? ਮਿਲਦੇ ਜੁਲਦੇ ਹੈ। ਇਹ ਹੋ ਗਏ ਮਿਲਦੇ ਜੁਲਦੇ, ਕਿੰਨੇ ਹੋ ਗਏ ਜੀ? 5 ਹੋ ਗਏ। ਹੁਣ ਕੁਝ ਅੱਖਰ ਹੈ ਜੋ ਕੁਝ ਕੁਝ ਮਿਲਦੇ ਹੈ ਬਈ, ਕੁਝ ਅੱਖਰ ਕੀ ਹੈ ਜੋ ਕੁਝ ਕੁਝ ਮਿਲਦੇ ਨੇ, ਉਹਨਾਂ ਦਾ ਵੀ ਆਪਾਂ ਧਿਆਨ ਰੱਖਣਾ। ਔਰ ਉਹ ਅੱਖਰ ਹੈ ਜੀ 6, 6 ਅੱਖਰ ਹੈ, ਇਹਦਾ ਵੀ ਆਪਾਂ ਸੂਤਰ ਬਣਾ ਰੱਖਿਆ। ਜੰਜ ਮੈਂ, ਜੰਜ ਮੈਂ ਕੱਛਾ ਬਈ, ਬਈ ਜੰਜ ਚ ਕੱਛਾ ਪਾ ਕੇ ਨਹੀਂ ਜਾਣਾ ਬਈ, ਜੰਜ ਮੈਂ ਕੱਛਾ, ਜੰਜ ਚ ਕੱਛਾ ਪਾ ਕੇ ਨਹੀਂ ਜਾਣਾ, ਜੱਜਾ, ਜੰਜਾ, ਮੈਂ, ਯੈ, ਕੈ, ਛੈ, ਸੂਤਰ ਇਹਨਾਂ ਐਵੇਂ ਬਣਾਇਆ ਸੀ ਬਈ। ਆਲੋ, ਇਸ ਨਾਲ ਇਹ ਤੁਹਾਨੂੰ ਯਾਦ ਰਹਿ ਜੂਗਾ ਜਿਹੜੇ 6 ਹੈ। ਵਰਨਾ ਤੁਸੀਂ ਵੈਸੇ ਹੀ ਧਿਆਨ ਰੱਖ ਲਿਓ ਬਈ, ਵੈਸੇ ਹੀ ਧਿਆਨ ਵੀ ਰੱਖ ਸਕਦੇ ਹੋ। ਤੇ ਜਿਹੜੇ ਨਹੀਂ ਮਿਲਦੇ ਉਹ 8 ਹੈਗੇ ਆ ਬਈ, ਜਿਹੜੇ ਬਿਲਕੁਲ ਵੀ ਨਹੀਂ ਮਿਲਦੇ। ਉਹ 8 ਹੈ, ਉਹਨਾਂ ਚ ਹੈਗਾ ਜੀ ਐੜਾ, ਈੜੀ, ਐੜਾ, ਈੜੀ, ਸੱਸਾ, ਫਿਰ ਉਸ ਤੋਂ ਬਾਅਦ ਹੈ ਜੀ ਨੰਗਾ, ਨਾਣਾ, ਨੰਨਾ, ਮੰਮਾ, ਮੰਮਾ ਨੀ ਗਾ ਬਈ, ਨੰਨਾ, ਔਰ ਫਿਰ ਹੈਗਾ ਚੱਜਾ ਤੇ ਬੱਬਾ, ਚੱਜਾ ਤੇ ਬੱਬਾ ਬਈ। ਆਖਰ ਹੈ ਬਈ ਐੜਾ, ਈੜੀ, ਸੱਸਾ ਔਰ ਨੰਨਾ। ਬੋਲਿਆ ਇਹ ਸੀ, ਲਿਖ ਉਹ ਦਿੱਤਾ ਬਈ, ਆ ਰਿਹਾ ਗੰਗਾ, ਨਾਣਾ,
नन्ना और चब। इस विच भी याद करने का बहुत सौखा तरीका भाई, आ तैन तो नासक है गए भाई, आ तैन की है नासक है, और आ पहले है भाई उड़न छड़ के एड़ा ईड़ी, एड़ा ईड़ी उड़ा एड़ा ईड़ी ससा नहीं है, आ पहले एक नु छड़ के बाकी तैन है भाई, आ तैन नासक हो गया, पीछे चब रह गया भाई, चब जब मका दो बस इन्ना ही काम सी, जब मका दो चब मका दो भाई चब, आ पहले नु छड़ के एड़ा ईड़ी ससा, फिर तैन नासक हो गया भाई, और फिर आ चब हो गया, जेड़ी आ हैगी है ये टाकरी नाल टक्कर है भाई, तुसी इनू रिपीट करके वेख लियो भाई, दोबारा करांगे तां लैसन होर लेंथी हो जाएगा भाई, वड्डा हो जाएगा, अड़े अखर टाकरी च नहीं गा भाई, अड़े अखर टाकरी दे विच नहीं है जेड़ा कि गुरमुखी च है। तो हुण आपां दोनों टाकरा कीता ते आपां इह वेख्या कि देवनागरी नालों टाकरी है ओह वधेरे नेड़े है भाई, वधेरे नेड़े है। एक मैं की कहते हैं कि थले तालका बना रखी है उस दसिया हो टक्कर करके दसी हुई है भाई, केड़े अखर जेड़े है सांझे है मिलते जुलते है किन्ने अखर, ताकि ये थोड़ा जा तुहानू याद रहे भाई। तो इस विच की है भाई, आप इस देख लें भाई, दोबारा थोड़ा रिवीजन भी हो जाएगा, सांझे अखर सांझे तो बाद मिलते जुलते और फिर कुछ कुछ मिलते और फिर कुछ भी नहीं मिलते भाई, नहीं मिलते, इस इन इस चापा नू वंडिया सी आपां। जो पहली गल करिए नागरी, नागरी च की है दो अखर तो सी सांझे भाई टैट है जेड़े आप पढ़े सी, पांच की है मिलते जुलते सी भाई, और चौदह की कहते हैं नहीं मिलते सी, चौदह मिलते सी, चौदह मिलते जुलते कुछ कुछ मिलते हैं चौदह, और चौदह है वो बिल्कुल भी नहीं मिलते भाई। हुण टाकरी च की सिस्टम सीगा, टाकरी च एवं सी भी पंद्रह जेड़े सीगे वो सांझे अखर सीगे, और पांच है जेड़े वो मिलते जुलते सीगे, और छे है जेड़े वो कुछ कुछ मिलते हैं, और अठ है जो वो बिल्कुल भी नहीं मिलते। हुण आपां गल करिए सारदा दी भाई, सारदा दे विच की है सत्त है जेड़े वो सांझे है, और बारह है जेड़े वो बारह अखर है वो मिलते जुलते है, बारह अखर मिलते जुलते है भाई, आ इन्ना इसका हैगा भाई। हुण इस विच आपां देखिए, देखो चौदह दुनिया अठाई दो तीह पैंती पूरे हो गए भाई, इत्थे देखिए पंद्रह पांच वीह, भी ते छब्बी छब्बी अठ चौंती है, चौंती है एक अखर रह गया, एक अड़ा रह गया, अड़ा टाकरी विच नहीं है, उसनों जो मिलाओगे तो इतने पैंती हो जाएंगे, और इन देखिए सत्त और बारह ही है जेडे उसके हिसाब न दसिया गया है, सत्त ते बारह, सत्त है जेडे सांझे है और मिलते जुलते बारह। हुण अगे गल करिए आप गुरमुखी लिपि, गुरमुखी की पंजाबी लई उचता की, उचितता है औचित्य की है भाई, हर धुनी लई वखरा चिन्ह मौजूद है इसके अंदर, स्वरां दा लमका भी है हस उत दीर्घ, महाप्राण धुनिया लई चिन्ह है, रोमन वांग दोहरे चिन्हां दी लोड़ नहीं है, महाप्राण धुनिया लई वखरा चिन्ह हैगा, रोमन तां वी करदे एवें कर दिंदे रूम दो वार वरत लिया, एक अखर दो वार वरत लिया, पर अपने कोल की है महाप्राण धुनी है भाई, उहदी वरतों आपां करदे हां, बल लई वखरा चिन्ह है भाई अदख है। होर तत्थां दे बारे अगर आपां गल करिए तां है ब्रह्मी लिपि दा अड़ै अखर सिर्फ पंजाबी ने हुण तक सांभ के रखे है भाई, बाकी तुहानूं देखण नूं नहीं मिलेगा। अलबरूनी दे समें जिहड़ी 12वीं शताब्दी सी, पंजाब च तीन लिपियां अर्धनागरी सिद्ध मात्रिका पट अछरी दा जिक्र कीता है भाई, सिद्ध मात्रिका ते पट अछरी गुरमुखी दियां पूर्वकाली लिपियां ने। अगला तत्थ आपां देखिए हैन चुआंग, जिहड़ा हैन सुआंग लिखे होया भाई, हैन सुआंग सीगा, हैन चुआंग जिहड़ा सीगा चीन का बौद्ध यात्री, उन्हें ब्रह्मी नाम दिता सीगा, ब्रह्मी नाम दिता सी हैन चुआंग ने भाई। गुरु अंगद देव जी के समय बाल बोध लिखण की रवायत है जिहड़ी वो शुरू हुई सी, जिस लिखी पट्टी का नाम गुरमुखी पैंती बन गया भाई। वाहेगुरु शब्द की वरतों पहली बार गुरु रामदास जी ने की है,
शब्द दे विच कीती सी बे। और जीबी सिंह दा मत है कि सब तो पुरानी पोथी मिठू नाथ ब्राह्मण दी लिखी जन्म पत्री बाबे नानक की संमत 1758 यह गुरु गोबिंद सिंह जी दे समय दी है। ये तासी बई गुरमुखी लिपि तो संबंधित हर एक पक्ष नू उजागर किता है, वखाया गया ताब तुहाडे सामने मैं लैके हाजिर होया। काफी किताबां दी पुणछाण करन तो बाद तुहाडे पद्धर दे अनुकूल फर्स्ट ग्रेड नैट JRF लई, सैकंड ग्रेड लई आ लाहेवंद होएगा। वध तो वध लोकां नू लाहेवंद करन लई तुसी आ जिहड़ा वीडियो है वो शेयर करना है, चैनल नू सबसक्राइब करना है, होर साथियों नू वी कहना है। धन्यवाद।